ਸ੍ਰੀ ਹਰਿ ਕ੍ਰਿਸ਼ਨ ਤੇ ਆਈ ਆਏ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਵਿਤਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਧਮਕਾਰ ਕਾਰਾ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਪੱਤ ਦੇ ਰੱਖਿਆ ਵਾਹਿਗੁਰੂ ਜੀ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਦਿਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਜਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਠਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਕੀ ਬੋਲੇ ਜੋ ਸੋ ਬਿਨ ਸੁਹਾ
करो आज जयकार। नानक हर गुण गाई दे। ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੀਤ ਮਿੱਠੀ ਗੁਰੂ ਘਰੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਦੁਖੀ ਹਿਰਦੇ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਵਿੱਚੋਂ ਉਹ ਆਤਮਾ ਚਲੀ ਗਿਆ ਜਿਸਦਾ ਕਿ ਪਿੰਡ ਨੂੰ ਹੀ ਨਹੀਂ, ਇਲਾਕੇ ਨੂੰ, ਪੂਰੇ ਇਲਾਕੇ ਨੂੰ ਜਿਸਦਾ ਘਾਟਾ ਪਿਆ ਹੈ। ਘਰ ਪਰਿਵਾਰ ਨੂੰ ਤਾਂ ਘਾਟਾ ਪੈਣਾ ਹੀ ਹੈ, ਇਸ ਪਰਿਵਾਰ ਨੂੰ ਤਾਂ ਘਾਟਾ ਪੈਣਾ ਹੀ ਹੈ। ਜਿਸ ਪਰਿਵਾਰ ਦੇ ਵਿੱਚ ਜੀਅ ਚਲਾ ਜਾਂਦਾ ਹੈ ਉਸਨੂੰ ਤਾਂ ਘਾਟਾ ਪੈਂਦਾ ਹੀ ਹੈ, ਪਰ ਇਸ ਪਿੰਡ ਨੂੰ ਵੀ ਘਾਟਾ ਪਿਆ ਔਰ ਸਾਰੇ ਇਲਾਕੇ ਨੂੰ, ਸੱਜਣਾ ਮਿੱਤਰਾਂ ਸਾਰਿਆਂ ਨੂੰ ਘਾਟਾ ਪਿਆ ਹੈ। ਬੇਨਤੀ ਕਰੂੰਗਾ ਸਰਦਾਰ ਹਰਦੇਵ ਸਿੰਘ ਜੀ, ਚੇਅਰਮੈਨ ਮਾਰਕੀਟ ਕਮੇਟੀ ਅਟਾਰੀ ਜੋ ਰਹੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ 'ਤੇ ਆਉਣ। ਸਾਡੇ ਵਿੱਚ ਬੁਲਾਰੇ ਸਰਦਾਰ ਅਜੀਤ ਸਿੰਘ ਹੁਸ਼ਿਆਰਨਗਰ ਵੀ ਬੈਠੇ ਨੇ, ਬਾਬਾ ਇੰਦਰਵੀਰ ਸਿੰਘ ਜੀ ਵੀ ਬੈਠੇ ਨੇ। ਅਸੀਂ ਸਮੇਂ ਦੀ ਘਾਟ ਕਰਕੇ ਟਾਈਮ ਨਹੀਂ ਦੇ ਸਕਦੇ ਕਿਉਂਕਿ ਬਹੁਤ ਸਮਾਂ ਹੋ ਗਿਆ ਇੱਥੇ ਸਾਰਿਆਂ ਨੂੰ ਬੈਠਾ। ਸਰਦਾਰ ਹਰਦੇਵ ਸਿੰਘ ਜੀ, ਚੇਅਰਮੈਨ ਮਾਰਕੀਟ ਕਮੇਟੀ ਅਟਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਜੋ ਵੀ ਇਸ ਸੰਸਾਰ 'ਤੇ ਆਇਆ ਉਸ ਨੇ ਇੱਕ ਦਿਨ ਜਾਣਾ। ਉਸੇ ਤਰ੍ਹਾਂ ਹੀ ਹਰਪ੍ਰੀਤ ਸਿੰਘ, ਜਿੰਨੀ ਉਮਰ ਮੇਰੇ ਮਾਲਕ ਨੇ ਜਿੰਨੇ ਸਵਾਸ ਬਖਸ਼ੇ ਸਨ ਉਹ ਭੋਗ ਕੇ ਇਸ ਦੁਨੀਆਂ ਤੋਂ ਇਸ ਪਰਿਵਾਰ ਨੂੰ, ਪਿੰਡ ਨੂੰ, ਸੱਜਣਾ ਮਿੱਤਰਾਂ ਨੂੰ ਪਿਛੋੜਾ ਦੇ ਕੇ ਚਲੇ ਗਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਾਡਾ ਛੋਟਾ ਵੀਰ ਹਰਪ੍ਰੀਤ ਸਿੰਘ ਇਸ ਇਲਾਕੇ ਦੀ ਸੇਵਾ ਕਰਦਿਆਂ ਹੋਇਆਂ ਛੋਟੀ ਉਮਰ ਵਿੱਚ ਸਾਨੂੰ ਸਭ ਨੂੰ ਵਿਛੋੜਾ ਦੇ ਗਿਆ ਹੈ। ਉਸ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ। ਅੱਜ ਆਪਾਂ ਸਾਰੇ ਸਰਦਾਰ ਹਰਪ੍ਰੀਤ ਸਿੰਘ ਜੀ ਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ। ਅਕਾਲ ਤਖ਼ਤ ਦੇ ਜਿਹੜੇ ਉਹਨਾਂ ਨੂੰ ਸਵਾਸ ਦੱਸੇ ਗਏ ਦੁਨੀਆਂ ਤੋਂ ਅਲਵਿਦਾ ਹੋਵੇ, ਉਹਨਾਂ ਦੇ ਜਾਣੇ ਦਾ ਜੋ ਵੀ ਹੈ ਵਿਛੋੜਾ ਪਿਆ ਵਾ, ਵਿਛੋੜਾ ਜਿਹੜਾ ਕਿਸੇ ਉਮਰ ਦਾ ਹੀ ਹੋਵੇ, ਵਿਛੋੜੇ ਨੂੰ ਬਰਦਾਸ਼ਤ ਕਰਨ ਵਾਸਤੇ ਸੰਗਤਾਂ ਦੀ ਹੌਸਲਾ ਅਫਜਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਟਾਸਾ ਲੈ ਕੇ ਮਨ ਨੂੰ ਪ੍ਰਭਾਵ ਮਿਲਦਾ ਵਾ। ਜੋ ਵੀ ਇਨਸਾਨ ਦਾ ਜਿਹੜਾ ਜਨਮ ਆ ਉਹਦੀ ਮੌਤ ਆ, ਨਾਲ ਸਾਰਾ ਹੀ ਪਰਿਵਾਰ ਨਾਲ ਸੇਵਕ ਆ, ਜਿੱਥੇ ਵੀ ਕਿਸੇ ਨੂੰ ਕਿਸੇ ਕਿਸਮ ਦੀ ਇਹਨਾਂ ਕੋਲ ਲੋੜ ਰੱਖ ਕੇ ਆਇਆ, ਉਹਨਾਂ ਪੂਰੀ ਆਸ ਪੂਰੀ ਕੀਤੀ ਆ। ਇਹਨਾਂ ਦੇ ਮਾਤਾ ਜੀ ਰਾਜ ਸੰਗਤੀ ਦੇ ਮੈਂਬਰ ਸਰ, ਫਿਰ ਭਾਈ ਸਾਹਿਬ ਪ੍ਰਗਟ ਸਿੰਘ ਜੀ, ਸਾਰਾ ਪਰਿਵਾਰ ਹੀ ਦੇਖ ਵਰਤਾਈ ਜਾਵੇਗੀ। ਉਸ ਤੋਂ ਉਪਰੰਤ ਮਹਾਰਾਜ ਦਾ ਸਵਾਰਿਆ ਜਾਵੇਗਾ ਅਤੇ ਫਿਰ ਸਾਰੀ ਸੰਗਤ ਜਿਹੜੀ ਆ ਉਹ ਲੰਗਰ ਪ੍ਰਸ਼ਾਦਾ ਛੱਕ ਕੇ ਬਾਅਦ 'ਚ ਜਾਣਾ ਜੀ, ਲੰਗਰ ਪ੍ਰਸ਼ਾਦਾ ਜੋ ਛਕਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਪਰਮਰਾਜ ਸਿੰਘ ਹੈ ਜੀ। ਮੇਰੇ ਫਾਦਰ ਨੇ ਸਰਦਾਰ ਹਰਪ੍ਰੀਤ ਸਿੰਘ ਜੀ ਨੂੰ ਮਤਲਬ ਸਦਾ ਲਈ ਵਿਛੋੜਾ ਦੇ ਗਏ ਨੇ। ਬਹੁਤ ਨੇਕ ਇਨਸਾਨ ਸੀ, ਸਰਪੰਚ ਸੀ ਪਿੰਡ ਦੇ, ਹੋਰ ਵੀ ਇਲਾਕੇ ਦੇ ਮੰਨੇ ਪਰਮੰਨੇ ਸੀ ਅਤੇ ਵਿਛੋੜਾ ਦੇ ਗਏ ਮਤਲਬ ਸਦਾ ਲਈ। ਸਾਨੂੰ ਉਹਨਾਂ ਦੀ ਘਾਟ ਮਹਿਸੂਸ ਹੁੰਦੀ ਆ, ਸਾਡੇ ਨਾਲ ਮੋਢਾ ਲਾ ਕੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੇ ਸੀ। ਸਾਨੂੰ ਉੱਦਾਂ ਇਨਸਾਨ ਨਹੀਂ ਲੱਭਣੇ ਦੁਬਾਰਾ ਤੋਂ, ਮਤਲਬ ਸਾਡੇ ਘਰ 'ਚ ਬਹੁਤ ਜ਼ਿਆਦਾ ਘਾਟ ਮਹਿਸੂਸ ਹੁੰਦੀ ਹੈ। ਜਿਸ ਮਾਈ ਮੈਂ
Bye.
कबीर सुनो रे गुनिया बिन से गुरु Thank you.
ਪੱਕੀ ਵੱਢ ਲੈ ਕਿਉਂ ਉਹ ਮਾਲਕ ਹੈ
ਮਾਰੂ ਰਾਜ ਅੰਦਰ ਸਤਿਗੁਰੂ ਜੀ ਕਿਰਪਾ ਕਰਦੇ ਹਨ। ਬਾਲਕ ਮਰੈ ਬਾਲਕ ਕੀ ਲੀਲਾ, ਕਹਿ ਕਹਿ ਰੋਵੈ ਬਾਲ ਰੰਗੀਲਾ। ਆਖਣ ਲੱਗੇ ਜੇ ਬਾਲਕ ਅਵਸਥਾ ਦੇ ਵਿੱਚ ਲੈ ਜਾਏ ਤੇ ਕੀ ਜ਼ੋਰ ਹੈ ਉਸ ਦੇ ਨਾਲ। ਇਹੀ ਕਹਾਂਗੇ ਨਾ ਕਿ ਬੜਾ ਸੁੰਦਰ ਸੀ, ਖੇਡਾਂ ਕਰਦਾ ਸੀ, ਉਹਦੀਆਂ ਲੀਲਾਂ ਨੂੰ ਖੇਡਾਂ ਨੂੰ ਯਾਦ ਕਰਕੇ ਰੋਵਾਂਗੇ। ਤੇ ਅਗਲੀ ਪੰਕਤੀ ਅੰਦਰ ਸਤਿਗੁਰੂ ਜੀ ਕਿਰਪਾ ਕਰਦੇ ਹਨ। ਭਰ ਜੋ ਮਨ ਮਰ ਜਾਹੇ ਕੇ ਕੀਜੈ, ਮੇਰਾ ਮੇਰਾ ਕਰ ਰੋਵੀ ਜੈ। ਆਖਣ ਲੱਗੇ ਜੇ ਭਰ ਜਵਾਨੀ ਦੇ ਵਿੱਚ ਲੈ ਜਾਏ ਉਹ ਤੇ ਫਿਰ ਕੀ ਕਰਾਂਗੇ, ਉਸ ਅਕਾਲ ਪੁਰਖ ਦੇ ਨਾਲ ਕੋਈ ਜ਼ੋਰ ਨਹੀਂ। ਜਿਸ ਅਵਸਥਾ ਦੇ ਵਿੱਚ ਚਾਹੇ ਉਹ ਖੜ ਸਕਦਾ ਹੈ ਤੇ ਲੈ ਜਾਂਦਾ, ਬਿਨ ਪੁੱਛਿਆ ਹੀ ਲੈ ਜਾਏ। ਰੱਜ ਨਾ ਕੋਈ ਜੀਵਿਆ, ਇਹ ਨਹੀਂ ਕੋਈ ਕਹਿ ਸਕਦਾ ਕਿ ਮੈਂ ਰੱਜ ਕੇ ਜੀ ਲਵਾਂ। ਤੇ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ, ਹੇ ਮਨੁੱਖ ਤੇਰੇ ਨਾਲ ਕੀ ਜਾਣਾ ਹੈ, ਨਾਮ ਜਾਣਾ ਹੈ। ਜੋ ਬਾਣੀ ਪੜ੍ਹੀ ਸੁਣੀ ਹੋਵੇਗੀ, ਸੰਗਤ ਕੀਤੀ ਹੋਵੇਗੀ, ਹਾਜ਼ਰੀ ਭਰੀ ਹੋਵੇਗੀ, ਉਹ ਤੇਰੇ ਨਾਲ ਜਾਏਗਾ। ਭਗਤ ਜੀ ਨੇ ਬਹੁਤ ਸੋੜ ਦਿੱਤੀ ਹੈ, ਏਕ ਘਰੀ ਆਦੀ ਘਰੀ, ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਆਖਣ ਲੱਗੇ ਉਹੀ ਘੜੀ ਲਾਭਦਾਇਕ ਹੈ ਜੋ ਸੰਗਤ ਦੇ ਵਿੱਚ ਬਤੀਤ ਹੋ ਜਾਏ, ਹਾਜ਼ਰੀ ਲੱਗ ਜਾਂਦੀ। ਗੁਰੂ ਸਾਹਿਬ ਜੀ ਦਾ ਬਚਨ ਚੇਤੇ ਆ ਗਿਆ ਹੈ, ਧੰਨ ਗੁਰੂ ਨਾਨਕ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ, ਦੁਨੀਆਂ ਨੂੰ ਤਾਰਦੇ ਤਾਰਦੇ ਜਦੋਂ ਏਮਨਾਬਾਦ ਦੀ ਧਰਤੀ 'ਤੇ ਪਹੁੰਚੇ ਨੇ ਨਾ, ਤੇ ਮਰਦਾਨੇ ਨੂੰ ਆਖਣ ਲੱਗੇ, ਮਰਦਾਨਿਆ ਜਾਂ ਸ਼ਹਿਰ ਦੇ ਵਿੱਚ ਜਾ, ਆ ਦੋ ਪੈਸੇ ਲੈ ਜਾ ਤੇ ਲੈ ਕੇ ਪਤਾ ਕੀ ਆਉਣਾ ਹੈ, ਇੱਕ ਪੈਸੇ ਦਾ ਸੱਚ ਇੱਕ ਪੈਸੇ ਦਾ ਝੂਠ, ਇਹ ਲੈ ਕੇ ਆ ਦੋ ਵਸਤੂਆਂ। ਮਰਦਾਨਾ ਗਿਆ ਹੈ, ਹੁਣ ਬਾਜ਼ਾਰ ਦੇ ਵਿੱਚ ਗਿਆ ਹੈ, ਜਿਸ ਦੁਕਾਨ 'ਤੇ ਜਾਂਦਾ ਹੈ ਨਾ, ਪੁੱਛਦਾ ਹੈ ਕਿ ਇੱਕ ਪੈਸੇ ਦਾ ਸੱਚ ਲੈਣਾ ਹੈ, ਇੱਕ ਪੈਸੇ ਦਾ ਝੂਠ ਲੈਣਾ ਹੈ। ਉਹ ਦੁਕਾਨਦਾਰ ਹੱਸਦੇ ਨੇ ਕਿ ਸਾਈਂ ਜੀ, ਫਕੀਰ ਜੀ, ਇਹ ਵਸਤੂ ਸਾਡੇ ਪਾਸ ਨਹੀਂ ਹੈ, ਕਿਤਿਓਂ ਨਹੀਂ ਮਿਲੇਗੀ। ਮਰਦਾਨਾ 5-7 ਦੁਕਾਨਾਂ 'ਤੇ ਗਿਆ ਹੈ, ਰਿਹਾ ਹੈ। ਆਖਣ ਲੱਗਾ, ਭਾਈ ਇੱਥੇ ਹੋਰ ਵੀ ਕੋਈ ਦੁਕਾਨ ਹੈ? ਪਤਾ ਲੱਗਾ ਕਿ ਮੂਲ ਚੰਦ ਦੀ ਦੁਕਾਨ ਹੈ ਅੱਗੇ। ਹੁਣ ਉਸ ਦੁਕਾਨ 'ਤੇ ਪਹੁੰਚ ਗਿਆ, ਸੱਤ ਪਸੱਤ ਕੀਤੀ ਹੈ। ਆਖਣ ਲੱਗਾ, ਸ਼ਾਹ ਜੀ ਆਹ ਵਸਤੂ ਚਾਹੀਦੀ ਹੈ, ਇੱਕ ਪੈਸੇ ਦਾ ਸੱਚ ਇੱਕ ਪੈਸੇ ਦਾ ਝੂਠ। ਹੁਣ ਮੂਲ ਚੰਦ ਨੇ ਪੈਸੇ ਲੈ ਕੇ ਗਲੇ ਦੇ ਵਿੱਚ ਪਾ ਲਏ, ਕਾਗਜ਼ ਦੇ ਟੁਕੜੇ 'ਤੇ ਲਿਖ ਦਿੱਤਾ ਹੈ, ਮਰਨਾ ਸੱਚ ਜਿਉਣਾ ਝੂਠ। ਕਾਗਜ਼ ਦੇ ਟੁਕੜੇ 'ਤੇ ਲਿਖ ਦਿੱਤਾ ਹੈ। ਹੁਣ ਮਰਦਾਨਾ ਲੈ ਕੇ ਆ ਗਿਆ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਆਣ ਕੇ ਦਿੱਤਾ ਹੈ ਉਹ ਕਾਗਜ਼ ਜਿਸ 'ਤੇ ਲਿਖਿਆ ਸੀ। ਅਤੇ ਗੁਰੂ ਨਾਨਕ ਸਾਹਿਬ ਆਖਣ ਲੱਗੇ, ਮਰਦਾਨਿਆ ਸੌਦਾ ਤੂੰ ਠੀਕ ਲਿਆ ਹੈ, ਸੌਦਾ ਠੀਕ ਹੈ। ਜਿਸ ਦੁਕਾਨਦਾਰ ਦੇ ਪਾਸੋਂ ਇਹ ਤੂੰ ਸੌਦਾ ਲੈ ਕੇ ਆਇਆ ਹੈ ਨਾ, ਉਸ ਨੂੰ ਸੱਦ ਕੇ ਲੈ ਕੇ ਆ। ਮਰਦਾਨਾ ਫਿਰ ਵਾਪਸ ਗਿਆ, ਆਖਣ ਲੱਗਾ, ਸ਼ਾਹ ਜੀ ਗੁਰੂ ਸਾਹਿਬ ਜੀ ਨੇ ਤੁਹਾਨੂੰ ਬੁਲਾਇਆ, ਆਖਿਆ ਹੈ ਕਿ ਸੌਦਾ ਤਾਂ ਠੀਕ ਹੈ, ਅਤੇ ਤੁਸੀਂ ਜਾ ਕੇ ਮਿਲੋ ਸ਼ਾਹ ਜੀ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲਓ, ਗੁਰੂ ਸਾਹਿਬ ਜੀ ਨੇ ਬੁਲਾਇਆ। ਹੁਣ ਉਸੇ ਵੇਲੇ ਮੂਲ ਚੰਦ ਨਾਲ ਤੁਰ ਪਿਆ ਮਰਦਾਨੇ ਦੇ, ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ, ਬੈਠ ਗਿਆ। ਗੁਰੂ ਸਾਹਿਬ ਜੀ ਆਖਣ ਲੱਗੇ, ਸ਼ਾਹ ਜੀ ਆਪਣਾ ਨਾਂ ਕੀ ਹੈ, ਅਤੇ ਦੱਸਿਆ। ਆਖਣ ਲੱਗਾ ਗੁਰੂ ਸਾਹਿਬ ਜੀ,
ਨਾਂ ਦੇ ਮੂਲ ਜਾਂਦਾ ਤੇ ਸਾਰੇ ਲੋਕੀ ਮੂਲਾ ਖੱਤਰੀ ਆਉਂਦੇ ਨੇ। ਤੇ ਸਤਿਗੁਰੂ ਜੀ ਆਖਣ ਲੱਗੇ, ਭਾਈ ਠੀਕ ਹੈ, ਇਹ ਦੱਸੋ ਇਹ ਜੋ ਤੁਸਾਂ ਨੇ ਵਸਤੂਆਂ ਦਿੱਤੀਆਂ ਨੇ, ਲਿਖ ਕੇ ਦਿੱਤਾ ਹੈ, ਮਰਨਾ ਸੱਚ ਜਿਉਣਾ ਝੂਠ, ਇਹਦੇ ਬਾਰੇ ਤੁਹਾਨੂੰ ਕੋਈ ਗਿਆਤ ਹੈ, ਸਮਝ ਹੈ? ਆਖਣ ਲੱਗਾ, ਨਹੀਂ ਗੁਰੂ ਸਾਹਿਬ ਜੀ, ਕੋਈ ਸਮਝ ਨਹੀਂ ਹੈ। ਮਾਇਆ ਦਾ ਵੱਸ ਹੋ ਗਿਆ, ਮਾਇਆ ਦੇਖੀ ਹੈ, ਦੋ ਪੈਸੇ ਨੇ, ਸੌਦਾ ਕਿਤੇ ਉਹ ਮਿਲ ਨਹੀਂ ਰਿਹਾ ਸੀ, ਅਤੇ ਇਸ ਕਰਕੇ ਆਪਣੇ ਦਿਮਾਗ ਦੀ ਸੋਚ ਦੇ ਹਿਸਾਬ ਦੇ ਨਾਲ ਲਿਖ ਦਿੱਤਾ ਹੈ ਕਿ ਮਰਨਾ ਸੱਚ ਜਿਉਣਾ ਝੂਠ। ਅਤੇ ਗੁਰੂ ਸਾਹਿਬ ਜੀ ਆਖਣ ਲੱਗੇ, ਮੂਲ ਚੰਦ, ਜੇ ਤਾਂ ਇਸ ਦੇ ਬਾਰੇ ਸਮਝ ਪ੍ਰਾਪਤ ਕਰਨੀ ਹੈ, ਗਿਆਨ ਲੈਣਾ, ਫਿਰ ਸਾਡੇ ਨਾਲ ਹੀ ਚੱਲਣਾ ਪਏਗਾ। ਹੁਣ ਪਿਛਲੇ ਕਰਮਾਂ ਦਾ ਪਿਆਰ ਸੀ, ਜਾਗ ਪਿਆ। ਆਖਣ ਲੱਗਾ, ਜੀ ਠੀਕ ਹੈ, ਵਜਨ ਬਿਲਾਸ ਕਰਦੇ ਹਾਂ, ਸ਼ਾਮਾਂ ਪੈ ਗਈਆਂ। ਅਤੇ ਗੁਰੂ ਸਾਹਿਬ ਜੀ ਆਖਣ ਲੱਗੇ, ਮੂਲ ਚੰਦ, ਘਰ ਦੱਸਿਆ ਕਿ ਮੈਂ ਗੁਰੂ ਸਾਹਿਬ ਜੀ ਦੇ ਨਾਲ ਜਾਣਾ ਹੈ। ਆਖਣ ਲੱਗਾ, ਗੁਰੂ ਸਾਹਿਬ ਜੀ ਆਪੇ ਪਤਾ ਲੱਗ ਜਾਏਗਾ, ਆਪਾਂ ਚਲੋ ਚੱਲੀਏ। ਗੁਰੂ ਸਾਹਿਬ ਜੀ ਦੇ ਨਾਲ ਹੀ ਤੁਰ ਪਿਆ, ਇੰਨੀ ਖਿੱਚ ਬਣੀ ਹੈ ਪ੍ਰੇਮ ਦੀ। ਅਤੇ ਹੁਣ ਜਿੱਧਰ ਗੁਰੂ ਸਾਹਿਬ ਜੀ ਜਾਂਦੇ ਨੇ ਨਾ, ਸੰਗਤਾਂ ਨੂੰ ਤਾਰਦੇ ਤਾਰਦੇ ਮੂਲ ਚੰਦ ਨਾਲ ਹੀ ਜਾਂਦਾ। ਕੁਝ ਕੁ ਸਮਾਂ ਬੀਤਿਆ, ਉਸ ਸਮੇਂ ਕੀ ਚੱਲਦਾ ਸੀ ਕਿ ਜੋ ਗੁਰਮੁਖ ਪਿਆਰਾ ਚੜ੍ਹਾਈ ਕਰ ਜਾਂਦਾ ਸੀ ਨਾ, ਉਹਦੀ ਘਰਵਾਲੀ ਨੂੰ ਬਦੋ ਬਦੀ ਸਦੀ ਕੀਤਾ ਜਾਂਦਾ ਸੀ, ਅੱਗ ਦੇ ਵਿੱਚ ਸਾੜ ਦਿੱਤਾ ਜਾਂਦਾ ਸੀ ਬਦੋ ਬਦੀ। ਸ਼ਰੀਕੇ ਬਰਾਦਰੀ ਨੇ ਮਗਰੋਂ ਮਿਉਂਤ ਬਣਾਈ, ਆਖਣ ਲੱਗੇ, ਟਾਈਮ ਕਾਫੀ ਹੋ ਗਿਆ, ਸਾਲ ਕੁ ਦੇ ਲਾਗੇ ਬਣੇ ਹੋ ਗਿਆ, ਮੂਲ ਚੰਦ ਮੁੜਿਆ ਹੀ ਨਹੀਂ, ਉਹ ਮਰ ਗਿਆ। ਤੇ ਹੋਵੇ ਨਾ ਤੇ ਇਹਦੀ ਘਰਵਾਲੀ ਨੂੰ ਵੀ ਸਤੀ ਕਰ ਦਈਏ, ਤੇ ਸਾਰਾ ਕੁਝ ਹੀ ਆਪਣਾ ਹੈ। ਇਹ ਵਿਉਂਤ ਬਣਾ ਲਈ, ਹੁਣ ਚਿਖਾ ਬਣਾ ਲਈ ਹੈ ਵਿਹੜੇ ਦੇ ਵਿੱਚ, ਨਾਰੀਅਲ ਹੱਥ 'ਤੇ ਰੱਖ ਦਿੱਤਾ ਬੀਬੀ ਦੇ, ਸੰਧੂਰ ਆਦਿਕ ਵਗੈਰਾ ਵਸਤੂਆਂ। ਅਤੇ ਵਿਣ ਬੋਲਿਆ ਸਭ ਕੁਛ ਜਾਣਦਾ, ਕਿਸੇ ਅੱਗੇ ਕੀਚੇ ਅਰਦਾਸ, ਗੁਰੂ ਸਾਹਿਬ ਜੀ ਅੰਤਰਜਾਮੀ, ਧੰਨ ਗੁਰੂ ਨਾਨਕ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਮੂਲ ਚੰਦ ਨੂੰ ਪੁੱਛਦੇ ਨੇ, ਮੂਲਿਆ ਘਰ ਜਾਣਾ ਹੈ। ਆਖਣ ਲੱਗਾ ਸਤਿਗੁਰੂ, ਸਾਲਕ ਦੇ ਲਾਗੇ ਬੰਨੇ ਹੋ ਗਿਆ, ਆਪ ਜੀ ਨੇ ਕਦੀ ਘਰ ਦਾ ਚੇਤਾ ਹੀ ਨਹੀਂ ਆਉਣ ਦਿੱਤਾ, ਤੇ ਅੱਜ ਅਚਾਨਕ ਕਿਧਰੋਂ ਚੇਤਾ ਆ ਗਿਆ। ਸਤਿਗੁਰੂ ਜੀ ਆਖਣ ਲੱਗੇ, ਮੂਲਿਆ, ਜੇ ਤੇ ਘਰ ਦਾ ਸਨੇਹ ਹੈ, ਪਿਆਰ ਹੈ, ਤੇ ਦੱਸ ਜਾਣਾ ਹੈ, ਅਤੇ ਜੇ ਨਹੀਂ ਜਾਣਾ ਤਾਂ ਫਿਰ ਸੱਤ ਵਜਣਾ। ਗੁਰੂ ਸਾਹਿਬ ਜੀ ਨੇ ਦੱਸਿਆ, ਮੂਲਿਆ, ਤੇਰੀ ਘਰਵਾਲੀ ਨੂੰ ਸਦੀ ਕਰਦਣ ਲੱਗੇ ਨੇ ਤੇਰੇ ਸ਼ਰੀਕੇ ਬਰਾਦਰੀ ਵਾਲੇ। ਉਹ ਸਮੇਂ ਇਹ ਪ੍ਰਥਾ ਚੱਲਦੀ ਸੀ, ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਨੇ ਇਹ ਪ੍ਰਥਾ ਰੋਕੀ ਹੈ, ਹਟਾਇਆ ਹੈ, ਇਹ ਕੁਕਰਮ ਕਰਨੋ। ਸੰਗਤਾਂ ਨੂੰ ਪ੍ਰਚਾਰ ਕੀਤਾ, ਭਾਈ ਸਦੀਆਂ ਇਹ ਨਾ ਆਖੀਆਂ ਨੇ ਜੋ ਬੜਿਆਂ ਲੱਗ ਜਲਨ। ਤੀਸਰੇ ਪਾਤਸ਼ਾਹ ਜੀ ਨੇ ਇਹ ਪਰੰਪਰਾ ਹਟਾਈ ਹੈ, ਸਮਝਾਇਆ ਹੈ, ਪ੍ਰਚਾਰ ਕੀਤਾ ਹੈ ਕਿ ਇਹ ਸਦੀਆਂ ਨਹੀਂ ਜੋ ਆਪਾਂ ਬਦੋ ਬਦੀ ਅੱਗ ਦੇ ਵਿੱਚ ਸਾੜਦੇ ਨੇ। ਸਦੀਆਂ ਕੌਣ ਨੇ? ਜੋ ਸੁਣਦਿਆਂ ਸਾਰੀ ਪ੍ਰਾਣ ਤਿਆਗ ਦਏ ਉਹ ਸਦੀ ਹੈ। ਸਤਿਗੁਰੂ ਜੀ ਨੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਪ੍ਰਥਾ ਹਟਾਈ। ਕਹਿਣ ਤੋਂ ਭਾਵ ਕਿ ਮਰਦਾਨੇ ਨੂੰ ਜਦੋਂ ਦੱਸਿਆ ਨਾ, ਸੁਨੇਹ ਜਾਗ ਪਿਆ, ਆਖਣ ਲੱਗਾ ਸਤਿਗੁਰੂ ਜਾਣਾ ਹੈ। ਅਤੇ ਗੁਰੂ ਸਾਹਿਬ ਜੀ ਆਖਣ ਲੱਗੇ, ਫਿਰ ਅੱਖਾਂ ਬੀਜ ਲੈ, ਨੇਤਰ ਬੰਦ ਕਰ ਲੈ, ਅਤੇ ਜਦੋਂ ਅਸੀਂ ਕਹਾਂਗੇ ਨਾ ਖੋਲ, ਉਦੋਂ ਖੁੱਲ੍ਹਣੇ। ਹੁਣ ਨੇਤਰ ਬੰਦ ਕਰ ਲਏ ਅਤੇ ਗੁਰੂ ਸਾਹਿਬ ਜੀ ਨੇ ਕੁਝ ਕੁ ਸਕਿੰਟਾਂ ਬਾਅਦ ਆਖਿਆ, ਭਾਈ ਨੇਤਰ ਖੋਲ। ਅਤੇ ਜਦੋਂ ਨੇਤਰ ਖੋਲ੍ਹੇ ਕੀ ਦੇਖੇ? ਆਪਣੇ ਘਰ ਬੈਠਾ ਵੇਖਿਆ, ਗੱਜ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ। ਉਹ ਸਾਰੇ ਹੀ ਸ਼ਰੀਕੇ ਬਰਾਦਰੀ ਵਾਲੇ ਹੈਰਾਨ ਹੋ ਗਏ ਕਿ ਭਾਈ ਇਹ ਕਿੱਧਰੋਂ ਆ ਗਿਆ।
ਜੇ ਹੋਰ ਕੁਝ ਚਿਰ ਨਾ ਆਉਂਦਾ ਤੇ ਸਾਰੀ ਪ੍ਰੋਪਰਟੀ ਆਪਣੀ ਹੋ ਜਾਣੀ ਸੀ। ਇਹ ਕਿਧਰੋਂ ਆਉਣ ਵੜਿਆ? ਹੈਰਾਨ ਹੋ ਗਏ। ਗੱਲ ਕਾਹਦੀ? ਸਤੀ ਹੋਣੋਂ ਬਚ ਗਈ। ਹੁਣ ਆਪਣੇ ਪਰਿਵਾਰ ਦੇ ਵਿੱਚ ਰਹਿੰਦਾ ਹੈ ਮੂਲਾ, ਧਰਮ ਦੀ ਕਿਰਤ ਵਿਰਤ ਕਰਦਾ, ਫਿਰ ਹੱਟਦੇ ਜਾਣ ਲੱਗ ਪਿਆ ਹੈ। ਕੁਝ ਕੁ ਸਮੇਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉੱਧਰ ਦੀ ਲੰਘ ਰਹੇ ਨੇ ਤੇ ਮਰਦਾਨੇ ਨੂੰ ਆਖਿਆ, ਮਰਦਾਨਿਆਂ ਆਪਣਾ ਇੱਕ ਦੁਨਿਆਵੀ ਮਿੱਤਰ ਹੈ ਇੱਥੇ, ਉਹਨੂੰ ਮਿਲ ਚਲੀਏ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖਿਆ ਹੈ, ਇੱਕ ਦੁਨਿਆਵੀ ਮਿੱਤਰ ਹਮਾਰਾ। ਗੁਰੂ ਸਾਹਿਬ ਜੀ ਆਖਣ ਲੱਗੇ, ਇੱਕ ਦੁਨਿਆਵੀ ਮਿੱਤਰ ਹੈ ਆਪਣਾ ਇੱਥੇ ਬੋਲਿਆ ਮੂਲਾ, ਮਰਦਾਨਿਆਂ ਮਿਲ ਚਲੀਏ। ਮਰਦਾਨਾ ਆਖਣ ਲੱਗਾ, ਸਤਿਗੁਰੂ ਆਪਣੇ ਨਾਲ ਰਿਹਾ ਹੈ ਤਾਂ ਇਹਦੇ ਹੈ ਮਿਲਣ ਦੀ, ਚਲੋ ਮਿਲ ਚੱਲਦੇ ਹਾਂ। ਤੇ ਗੁਰੂ ਸਾਹਿਬ ਜੀ ਰਮਣੀਕ ਜਗ੍ਹਾ ਵੇਖ ਕੇ ਸੁੰਦਰ ਬਹਿ ਗਏ। ਆਖਣ ਲੱਗੇ, ਮਰਦਾਨਿਆਂ ਜਾਂ ਫਿਰ ਆਵਾਜ਼ ਮਾਰ ਕੇ ਲੈ ਕੇ ਆ। ਹੁਣ ਮਰਦਾਨਾ ਗਿਆ ਹੈ, ਹੁਣ ਮੂਲ ਚੰਦ ਦੀ ਘਰ ਵਾਲੀ ਨੇ ਆਉਂਦਾ ਵੇਖ ਲਿਆ। ਆਖਣ ਲੱਗੀ, ਉਹੀ ਫਕੀਰ ਉਹੀ ਸੰਤ ਆ ਗਏ ਨੇ ਜੋ ਮੂਲ ਚੰਦ ਨੂੰ ਨਾਲ ਲੈ ਗਏ ਸਨ ਤੇ ਮੈਨੂੰ ਸ਼ਰੀਕੇ ਬਰਾਦਰੀ ਵਾਲੇ ਸਦੀ ਕਰ ਦੇਣ ਲੱਗੇ ਸਨ। ਹੁਣ ਜਦੋਂ ਮਰਦਾਨੇ ਨੇ ਆਵਾਜ਼ ਮਾਰੀ ਹੈ ਨਾ, ਉਹ ਆਖਣ ਲੱਗੀ, ਘਰ ਨਹੀਂ ਹੈ, ਕਿਸੇ ਕੰਮ ਗਿਆ ਹੋਇਆ, ਘਰ ਨਹੀਂ ਹੈ। ਮਰਦਾਨਾ ਵਾਪਸ ਚਲਿਆ ਗਿਆ। ਹੁਣ ਉਸ ਦੀ ਘਰ ਵਾਲੀ ਆਖਣ ਲੱਗੀ, ਜੇ ਤੂੰ ਗੁਰੂ ਸਾਹਿਬ ਜੀ ਨੂੰ ਮਿਲਿਆ ਤੇ ਮੈਂ ਕੁਝ ਖਾ ਕੇ ਆਪਣੇ ਪ੍ਰਾਣ ਦੇ ਦੇਵਾਂਗੀ, ਤੂੰ ਉਹਨਾਂ ਨੂੰ ਨਹੀਂ ਮਿਲਣਾ, ਉਹਨਾਂ ਨੇ ਤੈਨੂੰ ਨਾਲ ਲੈ ਜਾਣਾ। ਹੁਣ ਮੂਲ ਚੰਦ ਆਖਣ ਲੱਗਾ, ਮੈਂ ਨਾਲ ਨਹੀਂ ਜਾਂਦਾ, ਇੱਕ ਵਾਰ ਦਰਸ਼ਨ ਕਰ ਲੈਣ ਦੇ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲੈਣ ਦੇ, ਮੈਂ ਨਾਲ ਨਹੀਂ ਜਾਵਾਂਗਾ। ਕੰਮ ਗਿਆ ਹੈ ਤੇ ਸਤਿਗੁਰੂ ਅੰਤਰਜਾਮੀ, ਬਿਨ ਬੋਲਿਆ ਸਭ ਕੁਛ ਜਾਣਦਾ। ਸਤਿਗੁਰੂ ਜੀ ਆਪ ਆਏ, ਹੁਣ ਮੂਲ ਚੰਦ ਦੇ ਦਰਵਾਜ਼ੇ ਤੇ ਖੜੋ ਕੇ ਜਗਤ ਸਵਾਮੀ ਧੰਨ ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਨੇ ਆਵਾਜ਼ ਮਾਰੀ ਹੈ, ਮੂਲਾ ਮੂਲਾ ਊਚ ਅਲਾਈ। ਮੂਲ ਚੰਦ ਭਾਈ ਕਿੱਥੇ ਹੈ, ਮਿਲ ਜਾ, ਦਰਸ਼ਨ ਕਰ ਲਈਏ। ਤੇ ਉਸਦੀ ਘਰ ਵਾਲੀ ਨੇ ਪਾਥੀਆਂ ਦੇ ਘੀਰੇ ਦੇ ਵਿੱਚ ਵਾੜਿਆ ਹੋਇਆ ਸੀ ਕਿ ਲੁਕ ਜਾ, ਜੇ ਅੰਦਰੋਂ ਦੇਖ ਵੀ ਲੈਣਗੇ ਤੇ ਤੂੰ ਅੰਦਰ ਨਹੀਂ ਮਿਲੇਗਾ ਤੇ ਮੁੜ ਜਾਣਗੇ। ਤੇ ਗੁਰੂ ਸਾਹਿਬ ਜੀ ਨੇ ਫਿਰ ਦੁਬਾਰਾ ਆਵਾਜ਼ ਮਾਰੀ ਹੈ, ਮੂਲ ਚੰਦ ਅਸੀਂ ਨਾਲ ਨਹੀਂ ਖੜਦੇ, ਦਰਸ਼ਨ ਦਾਰੇ ਕਰ ਲਈਏ, ਚਲੇ ਜਾਵਾਂਗੇ। ਤੇ ਘਰ ਵਾਲੀ ਆਖਣ ਲੱਗੀ, ਬਾਬਾ ਜੀ ਤੋ ਘਰ ਨਹੀਂ ਹੈ, ਕਿਤੇ ਕੰਮ ਗਏ ਹੋਏ ਨੇ। ਜਦੋਂ ਤੀਸਰੀ ਵਾਰ ਬਚਨ ਹੋਇਆ ਤੇ ਗੁਰੂ ਸਾਹਿਬ ਜੀ ਆਖਣ ਲੱਗੇ, ਜੇ ਨਹੀਂ ਹੈ ਤਾਂ ਹੈ ਹੀ ਨਹੀਂ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਖਣ ਲੱਗੇ, ਚੱਲ ਮਰਦਾਨਿਆਂ ਚੱਲੀਏ। ਹੁਣ ਸ਼ਹਿਰੋਂ ਥੋੜ੍ਹਾ ਜਿਹਾ ਬਾਹਰ ਬਾਹਰ ਜਾ ਕੇ ਬੜੇ ਸੁੰਦਰ ਦਰਖਤ ਨੇ, ਸੁੰਦਰ ਛਾਂ ਹੈ, ਗੁਰੂ ਸਾਹਿਬ ਜੀ ਬਹਿ ਗਏ। ਆਖਣ ਲੱਗਾ, ਮਰਦਾਨਾ ਸਤਿਗੁਰੂ ਫਿਰ ਬਹਿ ਗਏ ਹੋ? ਤੇ ਸਤਿਗੁਰੂ ਜੀ ਆਖਣ ਲੱਗੇ, ਮਰਦਾਨਿਆਂ ਕੰਮ ਹੈ। ਇੰਨੇ ਸਮੇਂ ਦੇ ਵਿੱਚ ਕੀ ਹੋਇਆ ਹੈ ਕਿ ਪਾਥੀਆਂ ਦੇ ਵਿੱਚੋਂ ਸੱਪ ਨਿਕਲਿਆ ਮਣੀਆਰ ਤੇ ਮੂਲੇ ਨੂੰ ਡੰਗ ਮਾਰਿਆ, ਸੱਪ ਲੜ ਗਿਆ ਤੇ ਹਾਏ ਹਾਏ ਕਰਦਾ ਮੂਲਾ ਬਾਹਰ ਨਿਕਲਿਆ ਘੀਰੇ ਦੇ ਵਿੱਚੋਂ। ਹੁਣ ਘਰ ਵਾਲੀ ਦੇ ਨਾਲ ਲੜ ਰਿਹਾ। ਆਖਣ ਲੱਗਾ, ਗੁਰੂ ਸਾਹਿਬ ਜੀ ਦੇ ਦਰਸ਼ਨ ਨਹੀਂ ਕਰਨ ਦਿੱਤੇ, ਬੇਮੁੱਖ ਕਰਾ ਦਿੱਤਾ ਹੈ, ਇਹਦੇ ਭਾਣਾ ਵਰਤਣਾ ਹੀ ਸੀ, ਹੁਣ ਮੈਂ ਨਹੀਂ ਬਚਦਾ। ਦੇਖਦਿਆਂ ਦੇਖਦਿਆਂ ਮੂਲੇ ਨੇ ਪ੍ਰਾਣ ਤਿਆਗ ਦਿੱਤੇ। ਕੁਝ ਕੁ ਸਿਆਣਿਆਂ ਗੁਰਮੁਖਾਂ ਬੰਦਿਆਂ ਨੇ ਆਖਿਆ ਹੈ ਕਿ ਗੁਰੂ ਸਾਹਿਬ ਜੀ ਦੇ ਤੁਸਾਂ ਨੇ ਦਰਸ਼ਨ ਨਹੀਂ ਹੋਣ ਦਿੱਤੇ, ਮੱਥੇ ਨਹੀਂ ਲੱਗਣ ਦਿੱਤਾ, ਇਸ ਕਰਕੇ ਇਹ ਭਾਣਾ ਵਰਤਿਆ ਹੈ ਤੇ ਚਲੋ ਮੰਜੇ ਤੇ ਪਾ ਕੇ ਲੈ ਚਲੀਏ ਗੁਰੂ ਸਾਹਿਬ ਜੀ ਦੇ ਕੋਲ। ਹੁਣ ਗੁਰੂ ਸਾਹਿਬ ਜੀ ਦੇ ਪਾਸ ਲੈ ਕੇ ਆਏ ਤੇ ਸਤਿਗੁਰੂ ਜੀ ਆਖਣ ਲੱਗੇ, ਭਾਈ ਤੁਸੀਂ ਤਾਂ ਕਹਿੰਦੇ ਸੀ ਕਿਸੇ ਕੰਮ ਗਿਆ ਹੋਇਆ ਹੈ, ਇਹ ਕੀ ਭਾਣਾ ਵਰਤਿਆ? ਹੁਣ ਮੁਆਫ਼ੀ ਮੰਗੀ ਹੈ, ਹੱਥ ਜੋੜ ਰਹੇ ਨੇ ਤੇ ਸਤਿਗੁਰੂ ਜੀ ਆਖਣ ਲੱਗੇ, ਭਾਈ ਹੁਣ ਕਰਤਾਰ ਦੀ ਮਾਰ ਪੈ ਚੁੱਕੀ ਹੈ, ਹੁਣ ਇਹ ਜੀਵਿਤ ਨਹੀਂ ਹੋ ਸਕਦਾ।
हाँ इस तरह होएगा इन्हें संगत की है नाम जपया है ਉਹਨਾਂ ਚਿਰ ਹਿਰਨ ਬਣ ਜਾਏ ਸਹਿਆ ਬਣ ਜਾਏ ਇਹੋ ਜਿਹੀਆਂ ਜੂਨਾਂ ਦੇ ਵਿੱਚ ਜੀ ਹੁੰਦਾ ਹੋਇਆ ਭਟਕੇਗਾ ਤੇ ਦਸਵੇਂ ਜਾਮੇ ਦੇ ਵਿੱਚ ਅਸੀਂ ਇਸ ਦਾ ਉਧਾਰ ਕਰਾਂਗੇ ਤੇ ਆਪ ਜੀ ਸ੍ਰੀ ਹਜ਼ੂਰ ਸਾਹਿਬ ਜਾਂਦੇ ਹੋ ਸ਼ਿਕਾਰ ਘਾਟ ਗੁਰਦੁਆਰਾ ਸਾਹਿਬ ਹੈ ਉੱਥੇ ਮੁੰਡੇ ਕਤਰੀ ਦਾ ਸਤਿਗੁਰੂ ਜੀ ਨੇ ਤੀਰ ਮਾਰ ਕੇ ਉਧਾਰ ਕੀਤਾ ਸੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ ਹੈ ਐਸਾ ਕੰਮ ਮੂਲੇ ਨਾ ਕੀਜੈ ਜਿਤੇ ਅੰਤ ਪਛੋ ਤਾਈਏ ਇਹ ਮਨੁੱਖ ਐਸਾ ਕੰਮ ਨਾ ਕਰ ਜਿਸਦੇ ਕਰਕੇ ਪਛੋ ਤਾਉਣਾ ਪਵੇ ਨਾਮ ਜਪ ਸੰਗਤ ਕਰ ਹਾਜ਼ਰੀ ਭਰ ਜੋ ਅੰਤ ਸਮੇਂ ਸਹਾਈ ਹੋਣਾ ਯਮਾਂ ਦੀ ਮਾਰ ਤੋਂ ਛਡਾਉਣਾ ਹੁਣੇ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ ਕਹੋ ਕਬੀਰ ਤਬ ਹੀ ਨਰ ਜਾਗੈ ਜਮਕਾ ਡੰਡ ਮੂੜ ਮੈਂ ਲੱਗ ਜਦੋਂ ਜਮਾਂ ਦਾ ਡੰਡਾ ਸਿਰ ਦੇ ਵਿੱਚ ਵੱਜਣਾ ਹੈ ਨਾ ਉਦੋਂ ਜਾਗ ਖੁੱਲ੍ਹਣੀ ਅਸੀਂ ਸਾਰੇ ਹੀ ਗ੍ਰਸਤ ਦੇ ਵਿੱਚ ਐਸੇ ਫਸੇ ਹੋਏ ਹਾਂ ਖਚਿਤ ਹੋਏ ਹਾਂ ਕਿ ਅਸੀਂ ਕਹਿੰਦੇ ਹਾਂ ਕਿ ਜੇ ਮੈਂ 10 ਦਿਨ ਕਿਤੇ ਚੱਲਿਆ ਵੀ ਗਿਆ ਨਾ ਤਾਂ ਮੇਰੇ ਤੋਂ ਬਿਨਾਂ ਗੱਡੀ ਨਹੀਂ ਚੱਲਣੀ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤ ਦਾਰਾ ਕਹੇ ਆਨ ਲੁਟਾਵੈ ਸੁੱਤ ਕਹਿੰਦੇ ਨੇ ਧੀਆਂ ਪੁੱਤਰਾਂ ਨੂੰ ਦਾਰਾ ਕਹਿੰਦੇ ਨੇ ਘਰ ਵਾਲੀ ਨੂੰ ਇਸਤਰੀ ਨੂੰ ਕਮਾਈ ਕਰਕੇ ਲਿਆਉਂਦਾ ਹੈ ਤੇ ਲਿਆ ਕੇ ਘਰ ਵਾਲੀ ਨੂੰ ਦਿੰਦਾ ਹੈ ਬੱਚਿਆਂ ਨੂੰ ਦਿੰਦਾ ਹੈ ਸੁੱਤ ਦਾਰਾ ਕਹੇ ਆਨ ਲੁਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੇ ਕਹਿੰਦੇ ਆ ਘਰ ਨਾ ਕਰਕੇ ਮੇਰੇ ਤੋਂ ਬਿਨਾਂ ਗੱਡੀ ਨਹੀਂ ਚੱਲਦੀ ਅੰਤ ਨਵੇਰਾ ਤੇਰੇ ਜੀ ਪਹਿਲੀ ਕਹਿੰਦੇ ਤੇਰੇ ਕੋਲੋਂ ਹਿਸਾਬ ਕਿਤਾਬ ਲਿਆ ਜਾਣਾ ਸੋ ਬਹੁਤੇ ਵਿਸਥਾਰ ਦੇ ਵਿੱਚ ਨਾ ਜਾਣਾ ਕਰੀਏ ਟਾਈਮ ਵਧੇਰੇ ਹੁੰਦਾ ਜਾ ਰਿਹਾ ਸਤਿਗੁਰੂ ਜੀ ਕਿਰਪਾ ਕਰਨ ਵਿਛੜੀ ਹੋਈ ਰੂਹ ਸਰਦਾਰ ਹਰਪ੍ਰੀਤ ਸਿੰਘ ਸਰਪੰਚ ਸਾਹਿਬ ਬਹੁਤ ਨੇਕ ਸੁਭਾਅ ਸੀ ਹਰੇਕ ਦਾ ਭਲਾ ਕਰਨਾ ਹਰੇਕ 'ਤੇ ਦਇਆ ਕਰਨੀ ਜੋ ਸਰੀਰ ਕਰਕੇ ਪਰਿਵਾਰ ਨੂੰ ਅਤੇ ਆਪਾਂ ਸਾਰਿਆਂ ਨੂੰ ਓਲਾ ਕਰ ਗਏ ਨੇ ਸਤਿਗੁਰੂ ਜੀ ਕਿਰਪਾ ਕਰਨ ਵਿਛੜੀ ਹੋਈ ਰੂਹ ਨੂੰ ਚਰਨਾ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਜਿੰਨੀ ਉਹਨਾਂ ਦੀ ਉਸਤਤ ਕਰ ਲਈਏ ਉਨੀ ਥੋੜ੍ਹੀ ਹੈ ਇੱਕ ਦੋ ਵਾਰਾਂ ਦਾਸ ਨੂੰ ਕੰਮ ਪਿਆ ਅਟਾਰੀ ਵਿਖੇ ਗਏ ਬੜਾ ਮਾਣ ਸਤਿਕਾਰ ਕੀਤਾ ਹੈ ਆਖਣ ਲੱਗੇ ਬਾਬਾ ਜੀ ਤੁਸੀਂ ਸਾਡੇ ਇਲਾਕੇ ਦੇ ਹੋ ਤੁਹਾਡਾ ਕੰਮ ਪਹਿਲਾਂ 5-7 ਹੋਰ ਸਿੰਘ ਖਲੋਤੇ ਸੀ ਉਹਨਾਂ ਨੂੰ ਆਖਣ ਲੱਗੇ ਤੁਸੀਂ ਬਹਿ ਜਾਓ ਸਾਡੇ ਬਾਬਾ ਜੀ ਨੇ ਇਹਨਾਂ ਦਾ ਕੰਮ ਪਹਿਲਾਂ ਤੁਹਾਡਾ ਬਾਅਦ ਵਿੱਚ ਐਸਾ ਮਾਣ ਸਤਿਕਾਰ ਹਰੇਕ ਦਾ ਕੰਮ ਕੀਤਾ ਹੈ ਸਵਾਰਿਆ ਭਲਾ ਕੀਤਾ ਹੈ ਸਤਿਗੁਰੂ ਜੀ ਕਿਰਪਾ ਕਰਨ ਵਿਛੜੀ ਹੋਈ ਰੂਹ ਨੂੰ ਚਰਨਾ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਆਉਣ ਵਾਲੇ ਸਮੇਂ ਮਿਹਰ ਭਰਿਆ ਹੱਥ ਰੱਖਣ ਹੁਣ ਇੱਕ ਸ਼ਬਦ ਦੀ ਸਾਂਝ ਕਰਨੀ ਹੈ ਇਹ ਸਤਿਗੁਰੂ ਸੱਚੇ ਪਾਤਸ਼ਾਹ ਵਿਛੜੀ ਹੋਈ ਰੂਹ ਨੂੰ ਚਰਨਾ ਕਮਲਾਂ ਵਿੱਚ ਨਿਵਾਸ ਬਖਸ਼ੋ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਭਵ ਜਲ ਫੇਰਾ ਫੇ ਸਤਿਗੁਰੂ ਬਖਸ਼ ਲੈਣਾ ਕਰੋ ਵਿਛੜੀ ਹੋਈ ਰੂਹ ਨੂੰ ਚਰਨਾ ਕਮਲਾਂ ਅਬ ਕੀ ਵਾਰ ਅਬ ਕੀ ਵਾਰ ਅਬ ਕੀ ਵਾਰ ਬਖਸ਼ ਬੰਦੇ ਕੋ ਅਬ ਕੀ ਵਾਰ ਅਬ ਕੀ ਵਾਰ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਭਵ ਜਲ ਫੇਰਾ 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 ਅਬ ਕੀ ਵਾਰ ਅਬ ਕੀ ਵਾਰ ਵਾਰ ਬਖਸ਼ ਬੰਦੇ ਕੋ ਅਬ ਕੀ ਵਾਰ ਅਬ ਕੀ ਵਾਰ ਅਬ ਕੀ ਵਾਰ ਬਖਸ਼ ਬੰਦੇ ਕੋ ਕਿਰਸਾਨਾ ਮੈਨੂੰ ਨਕਟੂ ਸ਼ਰਮ ਨੂੰ
ਦਸ ਪਤ ਇੰਦਰੀ ਕਹਿਆ ਨ ਮਾਨਾ ਕਰਦੇ ਹਾਂ ਕਥਾ ਕੀਰਤਨ ਕਰਦੇ ਹਾਂ ਸਤਿਗੁਰੂ ਜੀ ਦੇ ਸੇਵਾ ਕਰੋ ਜੀ ਬਖਸ਼ਣ ਯੋਗ ਹਨ ਸੰਗਤ ਜੀ ਕਿਰਪਾ ਕਰਨੀ ਅੱਗੇ ਤੋਂ ਸਮਾਤ ਆ ਜਾਵੇ ਕਿ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਨ ਸੁਣਨ ਕਥਾ ਕੀਰਤਨ ਕਰਨ ਦੀ ਸਮਾਤ ਆ ਜਾਏ ਸਰਬੱਤ ਸੰਗਤਾਂ ਨੇ ਮਾਣ ਸਤਿਕਾਰ ਕਰਦੇ ਹਾਂ ਬੇਅੰਤ ਮਾਇਆ ਦੇ ਕਰਕੇ ਹਾਜ਼ਰ ਕੀਤੇ ਨੇ ਸਤਿਗੁਰੂ ਜੀ ਸਰਬੱਤ ਨੂੰ ਅੰਮ੍ਰਿਤ ਵੇਲਾ ਬਾਣੀ ਬਾਣੀ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨ ਹੈ ਹੁਣ ਸ੍ਰੀ ਅਨੰਦ ਸਾਹਿਬ ਜੀ ਦਾ ਜਾਪ ਹੋਵੇਗਾ ਉਸ ਤੋਂ ਗੁਰੂ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਨਾ ਪਾਇਆ ਸਹਿਜ ਸੇਤੀ ਮਨ ਵਜੀਆਂ ਪਰਵਾਰ ਪਰੀਆਂ ਸ਼ਬਦ ਗਾਣਿਆ ਸ਼ਬਦੋ ਤਗਾਵੋ ਸਹੀ ਕੇਰਾ ਮਾਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਸਾਹਿਬ ਕਰਦੇ ਸਾਚਾ ਨਾਮ ਮੇਰਾ
ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਹਿਬ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਇਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਢਵਾਏ ਉਪਰੀਆਂ ਲੋਹਾਈਆਂ ਚਾਰ ਕੁੜੀਆਂ ਤੇ ਚੜੇ ਤਾਰਿਆਂ ਨਾਲ ਚਰਵਾਏ ਸਿੱਖੀ ਕਿਸਾਨ ਸਵਾਸਾਂ ਨਾਲ ਨਿਭਾਏ ਧਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ
ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਵਿੱਚ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿਆ ਵਿੱਚ ਤਿਆਮਣਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਲ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵੇਕ ਦਾਨ ਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਵੰਗੇ ਦੁੱਗੇ ਤਲ ਧਮਕਾਰ ਕਾਰਾ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਪੱਤ ਦੇ ਰੱਖੇ ਆਪ ਵਾਹਿਗੁਰੂ ਜੀ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਦਿਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ। ਦਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਠਿਆਂ ਦੀ ਓਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਣਾਂ ਵਿੱਚ ਅਰਦਾਸ ਬੇਨਤੀ ਹੈ। ਧਰ ਪਾਤਸ਼ਾਹ ਜੀਓ ਆਪ ਜੀ ਦਾ ਫਰਮਾਨ ਹੈ ਕਬੀਰ ਬੈਦ ਕਹੇ ਹਉ ਹੀ ਭਲਾ ਦਾਰੂ ਮੇਰਾ ਵਸ ਏ ਤੋ ਬਸਤ ਗੋਪਾਲ ਕੀ ਜਬ ਭਾਵੈ ਲੇਖਸ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕੁਮਾਏ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਦੇ ਮਹਾਂਵਾਕਾਂ ਅਨੁਸਾਰ ਸਰਦਾਰ ਹਰਪ੍ਰੀਤ ਸਿੰਘ ਸਮੂਹ ਪਰਿਵਾਰ ਅਤੇ ਸੰਬੰਧੀਆਂ ਨੂੰ ਸਦੀਵੀ ਵਿਛੋੜਾ ਦਿੰਦਿਆਂ ਹੋਇਆ ਆਪ ਜੀ ਦਾ ਹੁਕਮ ਮੰਨਦਿਆਂ ਹੋਇਆ ਪ੍ਰਲੋਕ ਗਮਨ ਕਰ ਗਏ ਸਨ। ਤਿਨ੍ਹਾਂ ਦੇ ਸਮੂਹ ਪਰਿਵਾਰ ਵੱਲੋਂ ਪਰਸੋਂ ਦੇ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ। ਸਤਿਗੁਰੂ ਜੀ ਭੋਗ ਪਏ ਹਨ। ਭੋਗ ਦੀ ਸਮਾਪਤੀ ਤੋਂ ਉਪਰੰਤ ਬਾਹਰ ਖੁੱਲ੍ਹੇ ਪੰਡਾਲਾਂ ਵਿੱਚ ਅੰਤੇ ਸਤਿਗੁਰੂ ਬੋਲਿਆ ਮੈਂ ਕਿਸ ਪਿਛੈ ਕੀਰਤਨ ਕਰਿਓ ਨਿਰਵਾਣ ਜੀ ਉਹਦੇ ਮਹਾਂਵਾਕਾਂ ਅਨੁਸਾਰ ਉਸ ਵਿਛੜੀ ਹੋਈ ਆਤਮਾ ਦੇ ਨਿਮਿੱਤ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਕੀਰਤਨ ਕੀਤਾ ਹੈ। ਕਥਾ ਵਿਚਾਰਾਂ ਕੀਤੀਆਂ ਹਨ। ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਹੋਈਆਂ ਭੁਲਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਦਾ ਭਾਵ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਣਾਂ ਵਿੱਚ ਸਦੀਵੀ ਕਾਲ ਵਾਸਤੇ ਨਿਵਾਸ ਬਖਸ਼ਿਸ਼ ਕਰਨਾ ਆਉਣ ਵਾਲੇ ਸਮੇਂ ਵਿੱਚ ਪਰਿਵਾਰ ਵਿੱਚ ਸੁੱਖ ਸ਼ਾਂਤੀ ਦੀ ਦਾਤ ਵਰਤਾਉਣੀ ਬੱਚਿਆਂ ਦੇ ਸੀਸ ਤੇ ਮੇਰਾ ਪ੍ਰਿਆ ਹੱਥ ਰੱਖਣਾ ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ ਪਵਿੱਤਰ ਫਰਮਾਨ ਭੇਜ ਕੇ ਸੰਗਤਾਂ ਨੂੰ ਨਦਰੋ ਨਦਰ ਨਿਹਾਲ ਕਰੋ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਵੰਗ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਆਗਿਆ ਭੈ ਅਕਾਲ ਕੀ ਤਵੇ ਚਲ ਜੋ ਪ੍ਰਭ ਤੋਂ ਮਨੋਟ ਹੈ ਰਾਜ ਕਰੇ ਦਾ ਖਾਲਸਾ ਬੋਲੇ ਸੋ ਨਿਹਾਲ
ਦੁਆਰੇ ਕਿਵੇਂ ਕਹਿੰਦੇ ਜੋ ਪਜਿਓ ਸੋ ਬਿਨਸ ਹੈ ਪਰੋ ਆਜ ਕਰ ਨਾਨਕ ਹਰ ਗੁਣ ਗਾਈ ਦੀ ਛੱਡ ਸਗਲ ਜੰਜਾਲ ਨਾਨਕ ਹਰ ਗੁਣ ਗਾਈ ਦੀ ਛੱਡ ਸਗਲ ਜੰਜਾਲ ਸਾਹਿਬ ਜੀ ਜਤ ਸਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਨਾਨਕ ਅਗਨਾਸ਼ਨ ਜਗਦੀਸ਼ਰ ਦੇਖਣਾ ਸੁਣਨਾ ਸੁਣਾਵ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਿੱਠੀ ਗੁਰਧਾਰੀ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਦੁਖੀ ਹਿਰਦੇ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਵਿੱਚੋਂ ਉਹ ਆਤਮਾ ਚਲੀ ਗਿਆ ਜਿਸਦਾ ਕਿ ਪਿੰਡ ਨੂੰ ਹੀ ਨਹੀਂ ਇਲਾਕੇ ਨੂੰ ਪੂਰੇ ਇਲਾਕੇ ਨੂੰ ਜਿਸਦਾ ਘਾਟਾ ਪਿਆ ਹੈ। ਘਰ ਪਰਿਵਾਰ ਨੂੰ ਤਾਂ ਘਾਟਾ ਪੈਣਾ ਹੀ ਹੈ, ਇਸ ਪਰਿਵਾਰ ਨੂੰ ਤਾਂ ਘਾਟਾ ਪੈਣਾ ਹੀ ਹੈ, ਜਿਸ ਪਰਿਵਾਰ ਦੇ ਵਿੱਚ ਜੀਅ ਚਲਾ ਜਾਂਦਾ ਹੈ ਉਸਨੂੰ ਤਾਂ ਘਾਟਾ ਪੈਂਦਾ ਹੀ ਹੈ, ਪਰ ਇਸ ਪਿੰਡ ਨੂੰ ਵੀ ਘਾਟਾ ਪਿਆ ਔਰ ਸਾਰੇ ਇਲਾਕੇ ਨੂੰ ਸੱਜਣਾ ਮਿੱਤਰਾਂ ਸਾਰਿਆਂ ਨੂੰ ਘਾਟਾ ਪਿਆ ਹੈ। 13-14 ਸਾਲ ਸਰਦਾਰ ਹਰਪ੍ਰੀਤ ਸਿੰਘ ਨੇ ਅਟਾਰੀ ਵਿਖੇ ਐਜ਼ ਏ ਰਜਿਸਟਰੀ ਕਲਰਕ ਰੀਡਰ ਦੇ ਤੌਰ 'ਤੇ ਇੱਥੇ ਕੰਮ ਕੀਤਾ। ਮੇਰੇ ਖਿਆਲ ਨਾਲ ਕੋਈ ਵੀ ਇਲਾਕੇ ਦਾ ਆਦਮੀ ਇਹੋ ਜਿਹਾ ਨਹੀਂ ਹੋਣਾ ਜਿਹਦਾ ਉਹਨਾਂ ਕੋਲ ਕਦੀ ਵੀ ਨਾਰਾਜ਼ ਗਿਆ ਹੋਵੇ। ਪਰਿਵਾਰ ਦੇ ਵਿੱਚੋਂ ਉਹਨਾਂ ਦੇ ਮਾਤਾ ਜੀ ਬਲਾਕ ਸੰਮਤੀ ਮੈਂਬਰ, ਭਰਾ ਉਹਨਾਂ ਦਾ ਪ੍ਰਗਟ ਸਿੰਘ ਨੰਬਰਦਾਰ ਅਤੇ ਉਹਨਾਂ ਦੇ ਘਰ ਵਾਲੇ ਬੀਬੀ ਕੁਲਵੰਤ ਕੌਰ ਜਿਹੜੇ ਨੇ ਉਹ ਪਿਛਲੇ 10 ਸਾਲਾਂ ਤੋਂ ਸਰਪੰਚ ਦੀ ਸੇਵਾ ਜਿਹੜੀ ਇਸ ਨਗਰ ਵਾਸਤੇ ਨਿਭਾ ਰਹੇ ਨੇ, ਜਿਨ੍ਹਾਂ ਨੇ ਪਿੰਡ ਦੀ ਨੁਹਾਰ ਹੀ ਚੇਂਜ ਕਰ ਦਿੱਤੀ ਆ, ਪਰ ਜੇ ਚੇਂਜ ਕੀਤੀ ਆ ਤਾਂ ਸਿਰਫ ਹਰਪ੍ਰੀਤ ਸਿੰਘ ਕਰਕੇ ਕੀਤੀ ਆ। ਸਾਨੂੰ ਤਾਂ ਬਹੁਤ ਘਾਟਾ ਪਿਆ, ਸਾਹੀਂ ਤਾਂ ਇਹ ਕਹਿ ਸਕਦੇ ਹਾਂ ਕਿ ਸਾਡੇ ਵਾਸਤੇ ਆਹ ਜਿਹੜਾ ਪਾਸਾ ਨਾ ਬਿਲਕੁਲ ਬਲੌਕ ਹੋ ਗਿਆ ਵਾ, ਅਤੇ ਸਾਨੂੰ ਤਾਂ ਬਹੁਤ ਜ਼ਿਆਦਾ ਘਾਟਾ ਪਿਆ ਉਹਨਾਂ ਦਾ ਜਾਣ ਦਾ। 47 ਸਾਲ ਦੀ ਉਮਰ ਦੇ ਵਿੱਚ ਲੋਕਾਂ ਦੇ ਕੰਮ ਕਰਦੇ, ਜੇ ਕੁਝ ਆਪਣੇ ਦੇ ਉੱਤੇ ਉਹਨਾਂ ਨੇ ਕਸ਼ਟ ਝੱਲਿਆ ਵੀ ਆ ਤਾਂ ਸਿਰਫ ਲੋਕਾਂ ਕਰਕੇ ਝੱਲਿਆ, ਲੋਕਾਂ ਦੇ ਕੰਮਾਂ ਕਾਰਾਂ ਕਰਕੇ। ਬਾਕੀ ਉਹਨਾਂ ਦਾ ਆਪਣੀ ਜਾਤੀ ਆਪਣੀ ਉਮਰ ਦੇ ਵਿੱਚ ਕੋਈ ਵੀ ਕਿਸੇ ਨਾਲ ਕੋਈ ਵੀ ਉਹਨਾਂ ਨੇ ਧੋਖਾ ਨਹੀਂ ਕੀਤਾ, ਕਿਸੇ ਦਾ ਕੋਈ ਨੁਕਸਾਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇੱਥੇ ਪਿੰਡ ਦੇ ਵਿੱਚ ਵੀ ਜਦੋਂ ਆਉਂਦੇ ਰਹੇ ਨੇ ਇੱਥੇ ਘੱਟੋ ਘੱਟ 10-20 ਬੰਦੇ ਉਸੇ ਵੇਲੇ ਇਕੱਠੇ ਹੋ ਜਾਣੇ ਕਿ ਲਓ ਜੀ ਸਰਪੰਚ ਸਾਹਿਬ ਆ ਗਏ ਆ ਅਤੇ ਆਪਾਂ ਇਹਨਾਂ ਕੋਲ ਸਹੂਲਤਾਂ ਲਈਆਂ, ਕਿਸੇ ਨੂੰ ਪੈਸੇ ਦੇਣੇ, ਕਿਸੇ ਦਾ ਉਹਨਾਂ ਨੇ ਕੰਮ ਕਰਵਾਉਣਾ। ਇਹ ਮੇਰੇ ਖਿਆਲ ਨਾਲ ਕੋਈ ਬੰਦਾ ਭਾਵੇਂ ਉਹਨਾਂ ਨਾਲ ਬੋਲਦਾ ਸੀ ਜਾਂ ਨਹੀਂ ਸੀ ਬੋਲਦਾ, ਉਹ ਉਹਨਾਂ ਦੇ ਦਫ਼ਤਰ ਦੇ ਵਿੱਚ ਗਿਆ ਵਾ ਅਤੇ ਇਹੋ ਜਿਹਾ ਕੋਈ ਕੰਮ ਨਹੀਂ, ਇਹੋ ਜਿਹਾ ਕੋਈ ਬੰਦਾ ਵਾਪਸ ਨਹੀਂ ਆਇਆ ਜਿਹਦਾ ਕੰਮ ਨਹੀਂ ਹੋਇਆ, ਭਾਵੇਂ ਉਹ ਟੇਢਾ ਮੇਢਾ ਜਿਸ ਤਰ੍ਹਾਂ ਦਾ ਵੀ ਕੰਮ ਉਹ ਕਰ ਸਕਦੇ ਸੀ ਆਪਣੀ ਪਹੁੰਚ ਮੁਤਾਬਕ, ਉਹਨਾਂ ਨੇ ਪਹੁੰਚ ਤੋਂ ਵੱਧ ਚੜ੍ਹ ਕੇ ਵੀ ਉਹਦਾ ਬੰਦੇ ਦਾ ਕੰਮ ਕੀਤਾ, ਜੇ ਨੁਕਸਾਨ ਕਰਾਇਆ ਤਾਂ ਲੋਕਾਂ ਕਰਕੇ ਕਰਵਾਇਆ ਉਹਨਾਂ ਨੇ। ਅਸੀਂ ਦੇਖੋ ਅਸੀਂ ਕੋਈ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਜ਼ਰੂਰ, ਪਰ ਅਸੀਂ ਇਹ ਨਹੀਂ ਕਹਿ ਸਕਦੇ ਮੈਂ ਧਰਵਾਸਾ ਦੇ ਸਕਦੇ ਉਹਨਾਂ ਦੇ ਪਰਿਵਾਰ ਨੂੰ। ਪਰਿਵਾਰ ਨੂੰ ਧਰਵਾਸਾ ਦੇਣਾ ਗੁਰੂ ਗ੍ਰੰਥ ਸਾਹਿਬ ਨੇ, ਉਹਨਾਂ ਦੀ ਮਾਤਾ ਜੀ ਨੂੰ ਸਾਡੇ ਕਿਉਂ ਸਾਡੇ ਵੱਲੋਂ ਇਹੋ ਹੀ ਹੱਥ ਜੋੜ ਕੇ ਬੇਨਤੀ ਆ ਕਿ ਉਹ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਚੱਲਣ, ਜਿਵੇਂ ਉਹ ਦਿਲ ਛੱਡੀ ਬੈਠੇ ਨੇ ਇਸ ਤਰ੍ਹਾਂ ਤਾਂ ਕੱਲ੍ਹ ਨੂੰ ਕੁਝ ਵੀ ਹੋ ਸਕਦਾ। ਅਸੀਂ ਉਹਨਾਂ ਅੱਗੇ ਬੇਨਤੀ ਕਰਦੇ ਹਾਂ ਕਿ ਤੁਸੀਂ ਉਸ ਸਤਿਗੁਰੂ ਦਾ ਭਾਣਾ ਉਹਨੂੰ ਮੰਨਣਾ ਪੈਣਾ ਵਾ। ਹਰਪ੍ਰੀਤ ਸਿੰਘ ਨੇ ਵਾਪਸ ਨਹੀਂ ਆਉਣਾ, ਉਹਦੀਆਂ ਯਾਦਾਂ ਸਾਡੇ ਕੋਲ ਰਹਿ ਜਾਣੀਆਂ ਨੇ। ਉਹਨਾਂ ਦੇ ਪਰਿਵਾਰ ਨੂੰ ਅਸੀਂ ਚੰਗੀ ਮਦਦ ਦੇ ਸਕੀਏ, ਚੰਗੀ ਸੇਧ ਦੇ ਸਕੀਏ, ਚੰਗੇ ਉਹਨਾਂ ਦੇ ਬੱਚਿਆਂ ਦੇ ਸਿਰ 'ਤੇ ਹੱਥ ਰੱਖ ਸਕੀਏ, ਸਾਡੀ ਇਹੀ ਉਹਨਾਂ ਨੂੰ ਸ਼ਰਧਾ ਵਾ, ਇਹੀ ਉਹਨਾਂ ਵਾਸਤੇ ਸਾਡੀ ਸੱਚੇ ਪਾਤਸ਼ਾਹ ਅੱਗੇ ਅਰਦਾਸ ਹੈ ਕਿ ਪਰਮਾਤਮਾ
ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ ਅਤੇ ਪਿੱਛੇ ਪਰਿਵਾਰ ਨੂੰ ਜਿਹੜਾ ਭਾਣਾ ਮਿਲਣ ਦਾ ਬਲ ਬਖਸ਼ਣੀ ਅਤੇ ਪਰਿਵਾਰ ਜਿਹੜਾ ਵਾ ਉਹ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਵਿੱਚ ਉਹਨਾਂ ਦੇ ਨਮਸਤਕ ਹੋ ਕੇ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਉਹ ਗੁਰੂ ਦੇ ਲੜ ਲੱਗਣ ਅਤੇ ਗੁਰੂ ਦੇ ਲੜ ਲੜ ਕੇ ਇਹੋ ਇੱਥੇ ਢੋ ਆਸਰਾ ਲੈਣ। ਇਹਦੋਂ ਵੱਡਾ ਢੋ ਆਸਰਾ ਹੋਰ ਕੋਈ ਨਹੀਂ ਹੈਗਾ। ਸਾਰੇ ਸਾਡੇ ਵੱਲੋਂ, ਆਪਣਾ ਸ਼੍ਰੋਮਣੀ ਅਕਾਲੀ ਦਲ ਵੱਲੋਂ, ਆਪਣੀ ਪਾਰਟੀ ਵੱਲੋਂ ਅਤੇ ਆਪਣੇ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਪਰਿਵਾਰ ਨੂੰ ਦਿਲਾਸਾ ਦਿੰਦਾ ਹਾਂ ਕਿ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਅਗਲਾ ਜੀਵਨ ਜਿਹੜਾ ਬਤੀਤ ਕਰਨ। ਮੈਂ ਬੇਨਤੀ ਕਰੂੰਗਾ, ਸਰਦਾਰ ਹਰਦੇਵ ਸਿੰਘ ਜੀ ਚੇਅਰਮੈਨ ਮਾਰਕੀਟ ਕਮੇਟੀ ਅਟਾਰੀ ਜੋ ਰਹੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ 'ਤੇ ਆਉਣ। ਸਾਡੇ ਵਿੱਚ ਬੁਲਾਰੇ ਸਰਦਾਰ ਅਜੀਤ ਸਿੰਘ ਹੁਸ਼ਿਆਰਨਗਰ ਵੀ ਬੈਠੇ ਨੇ, ਬਾਬਾ ਇੰਦਰਵੀਰ ਸਿੰਘ ਜੀ ਵੀ ਬੈਠੇ ਨੇ। ਅਸੀਂ ਸਮੇਂ ਦੀ ਘਾਟ ਕਰਕੇ ਟਾਈਮ ਨਹੀਂ ਦੇ ਸਕਦੇ ਕਿਉਂਕਿ ਬਹੁਤ ਸਮਾਂ ਹੋ ਗਿਆ ਇੱਥੇ ਸਾਰਿਆਂ ਨੂੰ ਬੈਠਾ। ਸਰਦਾਰ ਹਰਦੇਵ ਸਿੰਘ ਜੀ ਚੇਅਰਮੈਨ ਮਾਰਕੀਟ ਕਮੇਟੀ ਅਟਾਰੀ। ਸਹਾਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੋਦ ਵਿੱਚ ਜੋੜ ਬੈਠੀ ਸਾਧ ਸੰਗਤ ਜੀ, ਅਤੇ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਜੋ ਵੀ ਇਸ ਸੰਸਾਰ 'ਤੇ ਆਇਆ ਉਸ ਨੇ ਇੱਕ ਦਿਨ ਜਾਣਾ। ਉਸੇ ਤਰ੍ਹਾਂ ਹੀ ਹਰਪ੍ਰੀਤ ਸਿੰਘ, ਜਿੰਨੀ ਉਮਰ ਮੇਰੇ ਮਾਲਕ ਨੇ ਜਿੰਨੇ ਸਵਾਸ ਬਖਸ਼ੇ ਸਨ, ਉਹ ਭੋਗ ਕੇ ਇਸ ਦੁਨੀਆਂ ਤੋਂ ਇਸ ਪਰਿਵਾਰ ਨੂੰ, ਪਿੰਡ ਨੂੰ, ਸੱਜਣਾਂ ਮਿੱਤਰਾਂ ਨੂੰ ਵਿਛੋੜਾ ਦੇ ਕੇ ਚਲੇ ਗਏ। ਗੱਲ ਉਦੋਂ ਯਾਦ ਆਉਂਦੀ ਆ ਜਦੋਂ ਬੰਦਾ ਤੁਰ ਜਾਂਦਾ, ਹੁੰਦਿਆਂ ਹੋਇਆਂ ਬੰਦੇ ਦੇ ਉਹਦੇ ਗੁਣਾਂ ਦਾ ਲੋਕਾਂ ਨੂੰ ਪਤਾ ਨਹੀਂ ਲੱਗਦਾ। ਜਦੋਂ ਬੰਦਾ ਤੁਰ ਜਾਂਦਾ ਨਾ, ਉਸ ਤੋਂ ਬਾਅਦ ਪਤਾ ਲੱਗਦਾ ਵੀ ਵਾਕਿਆ ਕੋਈ ਹੈਗਾ ਸੀ, ਕਿਉਂਕਿ ਅਸੀਂ ਸਾਰੇ ਹੀ ਇਸ ਸੰਸਾਰ ਉੱਤੇ ਪਦਾਰਥਵਾਦੀ ਯੁੱਗ ਆ ਗਿਆ, ਲੋੜਾਂ ਨਾ ਬੰਨੇ ਆ। ਆ ਜਿੰਨੇ ਵੀ ਘਟਨਾਵਾਂ ਹੋ ਰਹੀਆਂ ਇਸੇ ਕਰਕੇ ਹੋ ਰਹੀਆਂ ਕਿਉਂਕਿ ਆਪਾਂ ਨੂੰ ਸਿਰਫ ਆਪਣੀ ਲੋੜ ਆ। ਆਪਾਂ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਹਾਉਂਦੇ ਹਾਂ, ਜੇ ਆਪਾਂ ਸਰਬੱਤ ਦਾ ਭਲਾ ਮੰਗੀਏ ਨਾ, ਤਾਂ ਸਭ ਤੋਂ ਉੱਤੇ ਅਸੀਂ ਆਪਣੇ ਭਲਾ ਮੰਗਦੇ ਹਾਂ। ਨਾਲ ਹੀ ਅੱਜ ਇੱਕ ਬੇਨਤੀ ਕਰਦਾ, ਜਦੋਂ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ 'ਚ ਜਿੱਥੇ ਬਿਰਾਜਮਾਨ ਹੋਣ ਆਈਏ, ਇਹਨਾਂ ਦਾ ਪੂਰਨ ਸਤਿਕਾਰ ਕਰੀਏ। ਦੁਨੀਆਂ ਦੇ ਉੱਤੇ ਇਹੋ ਇੱਕ ਗ੍ਰੰਥ ਹੈ ਜਿਹਨੂੰ ਦੁਨੀਆਂ ਦੇ ਉੱਤੇ ਸਭ ਗ੍ਰੰਥਾਂ ਦਾ ਵੱਡਾ ਗ੍ਰੰਥ ਕਿਹਾ ਗਿਆ। ਇਹੋ ਹੀ ਗ੍ਰੰਥ ਸਾਹਿਬ ਹੈ ਜਦੋਂ ਹਰਿਮੰਦਰ ਸਾਹਿਬ ਵਿੱਚ ਰਾਤ ਨੂੰ ਆਪਣੇ ਥਾਂ 'ਤੇ ਨਵਾਜਿਆ ਜਾਂਦਾ, ਉਹਦੀ ਵੇਖੋ ਕਿੰਨੀ ਸਫਾਈ ਕੀਤੀ ਜਾਂਦੀ ਹੈ। ਅਤੇ ਆਪਾਂ ਇੱਕ ਜਦੋਂ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ, ਚਮੜੇ ਦੀ ਆਪਣੀ ਜੁੱਤੀ ਹੁੰਦੀ ਆ ਅਤੇ ਆਪਾਂ ਜਰਾਬਾਂ ਪਾ ਕੇ ਵਿੱਚ ਇੱਥੇ ਆ ਜਾਂਦੇ ਹਾਂ। ਇਹ ਮੇਰੇ ਕੋਈ ਵੀਰ ਵੀ ਗੁੱਸਾ ਨਾ ਕਰਨ, ਕਿਉਂ ਜਿੰਨਾ ਚਿਰ ਕਿਸੇ ਨੂੰ ਕਹੀਏ ਨਾ ਕੋਈ ਹਟਦਾ ਨਹੀਂ ਹੈ। ਇਹ ਇੱਥੇ ਨਹੀਂ ਆ, ਬਾਹਰਲੇ ਮੁਲਕਾਂ 'ਚ ਵੀ ਇਹੋ ਆ। ਦਾਸ ਨੂੰ ਉੱਥੇ ਵੀ ਮੁਲਕਾ ਮਿਲਿਆ, ਇਹੋ ਹੀ ਗੱਲਾਂ ਗਈਆਂ ਇਹ ਚੀਜ਼ ਤੋਂ, ਕਿਉਂਕਿ ਆਪਾਂ ਇਹਨਾਂ ਦਾ ਸਤਿਕਾਰ ਕਰਨਾ। ਜਦੋਂ ਆਪਾਂ ਗੁਰੂ ਮਹਾਰਾਜ ਦਾ ਸਤਿਕਾਰ ਕਰਾਂਗੇ ਨਾ, ਤਾਂ ਆਪਣੇ ਚਿਹਰੇ ਉੱਤੇ ਕਦੀ ਵੀ ਨਿਰਾਸ਼ਾ ਨਹੀਂ ਆਉਂਗੀ। ਇਹ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰਿਓ। ਗੁਰਬਾਣੀ ਵਿੱਚ ਇਹੀ ਲਿਖਿਆ ਕਿ ਕਿਸੇ ਬੰਦੇ ਦੀ ਉਮਰ ਉਹਦੇ ਸਾਲਾਂ ਨਾਲ ਹੀ ਮਾਪੀ ਜਾਂਦੀ, ਉਹਦੇ ਕਰਮਾਂ ਦੇ ਨਾਲ ਮਾਪੀ ਜਾਂਦੀ ਹੈ। ਆਪਣੇ ਮੁਲਕ 'ਚ ਬੰਦਾ ਨਾਂ ਨਾਲ ਜਾਣਿਆ ਜਾਂਦਾ, ਬਾਹਰਲੇ ਮੁਲਕਾਂ 'ਚ ਕਰਮ ਨਾਲ ਜਾਣਿਆ ਜਾਂਦਾ। ਜਿਹਦਾ ਕਰਮ ਚੰਗਾ ਕਰਦਾ ਉਹਨੂੰ ਲੋਕ ਸਤਿਕਾਰ ਕਰਦੇ ਆ, ਇੱਥੇ ਨਾਂ ਨਾਲ ਜਾਣਿਆ ਜਾਂਦਾ ਜਾਂ ਚਿਮਚਾਗਰੀ ਨਾਲ ਜਾਣਿਆ ਜਾਂਦਾ।
ਇਸ ਕਰਕੇ ਬੜੀਆਂ ਘਟਨਾਵਾਂ ਇੱਥੇ ਵਾਪਰਦੀਆਂ। ਇਸ ਕਰਕੇ ਸਾਰੇ ਜਣੇ ਆਪਾਂ ਸਿੱਖ ਹੋਣ ਦੇ ਨਾਤੇ ਸਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੂਰਨ ਸਤਿਕਾਰ ਕਰਿਆ ਕਰੀਏ। ਅੱਜ ਹਰਪ੍ਰੀਤ ਸਿੰਘ ਸਾਡਾ ਛੋਟਾ ਵੀਰ ਜਿਹੜੇ ਇੱਕ ਸਰਕਾਰੀ ਤੌਰ 'ਤੇ ਕੰਮ ਕਰਦੇ ਹੋਏ ਲੋਕਾਂ ਦੇ ਕੀ ਹੈ, ਜੇ ਅਸੀਂ ਕੰਮ ਕਰ ਜਾਂਦੇ ਅਸੀਂ ਆਪਣੀ ਨੌਕਰੀ ਦੀ ਨਹੀਂ ਪਰਵਾਹ ਕਰਦੇ। ਇਹੋ ਜਿਹੇ ਸ਼ਖਸ ਬਹੁਤ ਘੱਟ ਹੁੰਦੇ ਨੇ ਜਿਹੜੇ ਦੂਜਿਆਂ ਦਾ ਦੁੱਖ ਆਪਣੇ 'ਤੇ ਲੈ ਲੈਂਦੇ ਨੇ। ਜਿਹੜੇ ਲੋਕ ਦੂਜਿਆਂ ਦਾ ਦੁੱਖ ਆਪਣੇ 'ਤੇ ਲੈ ਲੈਂਦੇ ਹੈ ਨਾ, ਹਿੰਦੁਸਤਾਨ ਦੀਆਂ ਪਾਰਟੀਆਂ ਇਹੋ ਜਿਹੀਆਂ ਕਿ ਉਸ ਬੰਦੇ ਦਾ ਲਾਜ਼ਮੀ ਵਿਰੋਧ ਹੋ ਜਾਂਦਾ, ਕਿਉਂਕਿ ਉਹਨਾਂ ਨੂੰ ਇਹ ਦੇਖਦਾ ਇਹ ਬੰਦਾ ਲੋਕਾਂ ਦੇ ਕੰਮ ਕਰਦਾ, ਲੋਕ ਇਹਦੇ ਨਾਲ ਆ, ਅਤੇ ਜਦੋਂ ਹਕੂਮਤਾਂ ਬਦਲਦੀਆਂ ਨੇ ਤਾਂ ਹਮੇਸ਼ਾ ਉਦੋਂ ਉਹਨਾਂ ਦਾ ਵਿਰੋਧ ਹੁੰਦਾ। ਵਿਰੋਧ ਕਿਉਂ ਹੁੰਦਾ? ਜਿਹੜੇ ਅਸੀਂ ਲੋਕ ਹਕੂਮਤਾਂ ਵੇਲੇ ਜਿੰਨਾ ਕੋ ਕੰਮ ਲੈਂਦੇ ਹਾਂ ਉਦੋਂ ਉਹਨਾਂ ਦਾ ਅਸੀਂ ਸਾਥ ਛੱਡ ਦਿੰਦੇ ਹਾਂ। ਇਸੇ ਤਰ੍ਹਾਂ ਗੁਰਬਾਣੀ ਵਿੱਚ ਲਿਖਿਆ, ਜਿਹੜਾ ਗੁਰਬਾਣੀ ਨਾਲ ਹਮੇਸ਼ਾ ਹੀ ਜੁੜਿਆ ਰਹਿੰਦਾ ਉਹਦੀ ਹਮੇਸ਼ਾ ਹੀ ਚੜ੍ਹਦੀ ਕਲਾ ਰਹਿੰਦੀ ਹੈ। ਜਿਹੜਾ ਟਾਈਮ ਬੀਂਗ ਲਈ ਆਪਣੇ ਮਤਲਬ ਲਈ ਇੱਕ ਦਿਨ ਜਾ ਕੇ ਜੁੜਦਾ ਉਹਦਾ ਕੋਈ ਇੰਨਾ ਵੱਡਾ ਭਵਿੱਖ ਨਹੀਂ ਹੁੰਦਾ, ਇੰਨੀ ਵੱਡੀ ਕੋਈ ਦੌੜ ਨਹੀਂ ਹੁੰਦੀ। ਇਸ ਕਰਕੇ ਅੱਜ ਇਸ ਇਲਾਕੇ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਹਰਪ੍ਰੀਤ ਸਿੰਘ ਦੇ ਜਾਣ ਨਾਲ ਇੱਕ ਬਹੁਤ ਵੱਡਾ ਘਾਟਾ ਪਿਆ। ਇੱਕ ਸੱਜਣਾਂ ਦੀ ਥਾਂ ਖਲੋਣ ਵਾਲਾ ਸੱਜਣ ਸੀ, ਯਾਰਾਂ ਦੀ ਥਾਂ ਦੇ ਉੱਤੇ ਖਲੋ ਕੇ ਪੈਸੇ ਲਾਉਣ ਵਾਲਾ ਸੱਜਣ ਸੀ। ਅੱਜ ਜਿਹੜੀਆਂ ਮੈਂ ਤੁਹਾਨੂੰ ਇਹ ਗੱਲਾਂ ਕਹਿ ਰਿਹਾ ਤੁਹਾਨੂੰ ਇਹ ਵੇਖੋ, ਜਿਉਂ ਜਿਉਂ ਦਿਨ ਲੰਘਣੇ ਆ ਤਿਉਂ ਤਿਉਂ ਹਰਪ੍ਰੀਤ ਸਿੰਘ ਚੇਤੇ ਆਉਣਾ, ਕਿਉਂਕਿ ਇਹ ਮੇਰੇ ਨਾਲ ਬੀਤੀ ਆ। ਮੰਮੀ ਕੁਛ ਟਾਈਮ ਬਾਹਰ ਜੁੜ ਗਿਆ ਅਤੇ ਮਗਰੋਂ ਜਿਹਦੇ ਕੋਈ ਵੀ ਕੰਮ ਹੋਣਾ ਉਦੋਂ ਲੋਕਾਂ ਨੂੰ ਚੇਤੇ ਆਉਣਾ ਵੀ ਹੁੰਦਾ ਸੀ ਅਤੇ ਠੋਕ ਕੇ ਖਲੋ ਜਾਂਦਾ ਸੀ, ਇਹ ਤਾਂ ਇੱਕ ਸਦਾ ਲਈ ਚਲ ਗਿਆ। ਇਹ ਆਪਾਂ ਨੂੰ ਜਿਉਂ ਜਿਉਂ ਟਾਈਮ ਲੰਘਣਾ ਹਰਪ੍ਰੀਤ ਸਿੰਘ ਦੀ ਤਿਉਂ ਤਿਉਂ ਯਾਦ ਆਉਣੀ ਹੈ, ਕਿਉਂ ਇਹੋ ਜਿਹੇ ਆਦਮੀ ਲੋਕਾਂ ਦਾ ਦੁੱਖ ਲੈਣ ਵਾਲੇ ਬਹੁਤ ਘੱਟ ਹੁੰਦੇ ਆ। ਇਸ ਕਰਕੇ ਸ੍ਰੀ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਬੇਨਤੀ ਆ ਇਸ ਪਰਿਵਾਰ ਉੱਤੇ, ਮਾਤਾ ਉੱਤੇ, ਇਹਨਾਂ ਦੀ ਧਰਮ ਪਤਨੀ ਉੱਤੇ, ਭਰਾ ਉੱਤੇ, ਬੱਚਿਆਂ ਉੱਤੇ ਭਾਣਾ ਮੰਨਣ ਦੀ ਬਖਸ਼ਿਸ਼ ਕਰੇ। ਇਹ ਗੁਰੂ ਦਾ ਭਾਣਾ ਸੀ, ਜਿੰਨੇ ਸਵਾਸ ਲਿਖਾਏ ਸਨ ਉਹਨਾਂ ਨੇ ਭੋਗ ਲਏ ਆ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿੱਚ ਨਿਵਾਸ ਬੱਚੇ, ਆਉਣ ਵਾਲਾ ਟਾਈਮ ਇਹਨਾਂ ਦਾ ਬੱਚਿਆਂ ਦਾ ਭਵਿੱਖਿਆ। ਆਪਾਂ ਸਾਰੇ ਰਲ ਕੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਜੋਈ ਕਰਕੇ ਜਾਈਏ, ਇਹਨਾਂ ਨੂੰ ਗੁਰੂ ਘਰ ਦੇ ਨਾਲ ਜੋੜੀ ਰੱਖਣ। ਸ਼੍ਰੋਮਣੀ ਅਕਾਲੀ ਦਲ ਅਸੀਂ ਸਾਰੇ ਇਸ ਪਰਿਵਾਰ ਦੇ ਨਾਲ ਹਰ ਤਰ੍ਹਾਂ ਦੀ ਤਰ੍ਹਾਂ ਚਟਾਨ ਵਾਂਗੂ ਖੜ੍ਹੇ ਹਾਂ। ਇਹਨੀਆਂ ਹੀ ਬੇਨਤੀਆਂ ਪ੍ਰਵਾਨ ਕਰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸਿੰਘ ਜਿਸ ਸੰਸਥਾ ਦੇ ਵਿੱਚ ਕੰਮ ਕਰਦੇ ਸਨ, ਮੇਰੀ ਮੁਤਾਬਕ ਮਾਲ ਮਹਿਕਮੇ ਦੇ ਜੋ ਰੀਡਰ ਸਨ, ਉਹਨਾਂ ਦੇ ਮਹਿਕਮੇ ਦੇ ਪ੍ਰਧਾਨ ਸਾਹਿਬ ਸਰਦਾਰ ਰਵਿੰਦਰ ਸਿੰਘ ਜੀ ਸੰਧੂ ਅਤੇ ਉਹਨਾਂ ਦੀ ਟੀਮ ਜਿਹੜੀ ਆ ਉਹ ਇੱਥੇ ਪਹੁੰਚੇ, ਉਹਨਾਂ ਦਾ ਇੱਥੇ ਜੀ ਆਏ ਹਾਂ, ਧੰਨਵਾਦ ਕਰਦੇ ਹਾਂ ਕਿ ਉਹ ਸਾਡੇ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਏ ਆ। ਮੈਂ ਸਰਦਾਰ ਰਵਿੰਦਰ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਸਟੇਜ 'ਤੇ ਆਉਣ ਅਤੇ ਆਪਣੀ ਸ਼ਰਧਾ ਦੇ ਫੁੱਲ ਉਹਨਾਂ ਨੂੰ ਭੇਟ ਕਰਨ ਅਤੇ ਪਰਿਵਾਰ ਨੂੰ ਦਿਲਾਸਾ ਦੇਣ। ਸਰਦਾਰ ਰਵਿੰਦਰ ਸਿੰਘ ਜੀ ਸੰਧੂ ਜੁਗੋ ਜੁਗ ਅਟਲ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਸੱਜ ਬੈਠੀ ਸਾਧ ਸੰਗਤ ਜੀਓ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ
आप सब नूं पता ही है कि साडा छोटा वीर हरप्रीत सिंह इस इलाके की सेवा करदिया होया छोटी उम्र विच सानू सब नूं विछोड़ा दे गया है। उस नूं श्रद्धा के फुल भेट करन वास्ते असीं अज इत्थे इकट्ठे होए हाँ और तुहाडी हाजरी तुहाडा मिल के बैठना इत्थे यह साबित करता है कि उहदा इलाके दे विच विचरना किहो जिहा सी और इस महकमे विच हुंदिया होया जिथे हमेशा दो बंदे लड़न आउंदे आ उहदे विच अज तक सानू कदी कोई इहो जिहा बंदा नहीं मिलिया जिन्हें यह कहा होवे कि मैं सही हाँ सॉरी मैं गलत हाँ और मैं गलत होण करके अपना केस हार गया। हमेशा सानू जिनी साड़ी भी सर्विस आ हमेशा हर बंदा इहो ही कहिंदा भी मैं सही सी दूसरे बंदे ने उस रीडर दे राही जां उस अफसर दे राही मेरे नाल धक्का करवा के मैनू हरा दिता। पर भराओ जिवें कि तुहानू पता ही है जितना हमेशा सच नहीं हुंदा है किते ना किते जाके सच दा मुल भी पै जांदा है। मेरा वीर कोशिश करता रहा इलाके दे विच जिन्ने भी उहदे मेल जोल वाले गए उन्होंने उत्थे बिठा के चाह पानी पिया के ठंडे ढंग नाल जो भी निपटारा कर सकता सी करता रहा है। पर छोटी उम्र में वड्डियां पलांगा पुटदा होया जिस तरह कोई बंदे नूं काली हुंदी आ और रब ने भी काली काली उसनू अपने कोल बुला लिया है। असी इस रब दे वरतारे नूं ना तो कोई अज तक रोक सकिया ना ही रोक सकते हैं पर भाणा मनन दी असी अरदास कर सकते हैं। परमात्मा इस परिवार नूं बच्चियां नूं और बाकी जो भी उहदे सज्जन मित्र रिश्तेदार ने इन्हां नूं भाणा मनन दा बल बख्शे और विछड़ी आत्मा नूं अपनी गोद दे विच अपने चरणां दे विच निवास देवे। मैं डीसी दफ्तर एसोसीएशन अमृतसर वालों और डीसी दफ्तर कर्मचारियों वालों यह विश्वास दवाना है जद भी परिवार को किसी भी तरह की लोड़ पई असी उन्हां दे नाल पूरी हमदर्दी दे नाल पूरी चट्टान दे वांगू खड़े हाँ। एक बार फिर मैं तहे दिलों तुहाडा सारिआं दा इस गल नूं भी धन्नवादी हाँ जिन्हां ने उहदी सेवा का मुल पाउंदे होए इस एक घर दे विच ही चार चार अहुदेदारियां दित्तियां। परमात्मा तुहाडा एका इसे तरह बनाई रखे विछड़ी रूह नूं अपने चरणों में निवास देवे और परमात्मा उस परिवार को भाणा मनन का बल बख्शे। धन्यवाद जी। मैं बेनती करूँगा साढ़े हल्के श्रोमणी गुरद्वारा प्रबंधक कमेटी के मैंबर साहबान बाबा निर्मल सिंह जी ढाला जो कि एक बहुत ही उच्ची तो सच्ची रूह ने उन्होंने बेनती है कि वह आन के चार शब्दों के नाल अपने विचार रखन के परिवार को भाणा मनन का बल बख्शन वास्ते अरदास करन। बाबा निर्मल सिंह जी ढाला परम श्री गुरु ग्रंथ साहिब गुरुग्रंथ साहब संगत वाहेगुरु जी का खालसा वाहेगुरु जी की फतेह। अज आप सारे सरदार हरप्रीत सिंह जी के अंतिम अरदास शामिल हुए हैं। अकाल पुरख ने जितने उन्होंने विश्वास दसे हुए दुनिया तो मल विदा हुए तो उन्होंने जाने का जो भी है विछोड़ा पिया वा विछोड़ा जरा किसी उम्र का ही विछोड़े में बर्दाश्त करने वास्ते संत की हौसला अफजाई श्री गुरु ग्रंथ साहब का वो ढासा लेके मन प्रभाव मिलता वा जो भी इंसान जरा जन्मया उसकी मौत है मन दिखावे मंडल में आवे तो पर छोटी उम्र चले जाना जेडे उन्होंने कम वाले कम करने वाले अधूरे रह जाने परिवार के कई बच्चों दिया जड़िया ने पढ़ाई का जमना के
चंगे रिश्ते करना उन्होंने होर जो भी एक जोड़े काम जाते फिर करने वास्ते करते मापे जोड़े आ गुजर गया जो उन्होंने काम करने होंगे उन्होंने बजुर्गों करने पे तो हरप्रीत सिंह जी बहुत चंगे नेक वधिया इंसान सन मलापे सन अपने महकमे वधिया कारगुजारी करते सन समाज सारा ही परिवार समाज सेवक आ जिते भी किसी ने किसम भी इन्हों को लोड़ रख के आया उन्होंने आस पूरी की इन्हों के माता जी राज शक्ति के मैंबर सर फिर भाई साहब प्रगट सिंह जी सारे ही सारा परिवार ही समाज सेवक आ शादी की देख वरताई जाएगी उस तो उपरंत महाराज का सवारा जाएगा तो फिर सारी संगत जी लंगर लंगर प्रशादा छक के बाद जाना जी लंगर प्रशादा जो छकना वाहेगुरू जी का खालसा वाहेगुरू जी की फतेह।